जस्ट टीवी देख रहे हो तुसीं, मैं के पी सिंह तुहाडा स्वागत करदा। ਘਾਟੀ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ, ਉਸ ਫੈਸਲੇ ਤੇ ਸਿਆਸਤ ਹੁਣ ਤੱਕ ਹੋ ਰਹੀ ਹੈ। ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਇਸ ਡਿਬੇਟ ਦੇ ਵਿੱਚ, ਪੰਜਾਬ ਦੇ ਕੰਟੈਕਸਟ ਵਿੱਚ ਇਸ ਫੈਸਲੇ ਦਾ ਮਤਲਬ ਹੈ ਕੀ ਹੈ, ਪਰ ਹੁਣ ਇਹ ਸਿਆਸਤ ਹੈ ਜਿਹੜੀ ਹੋਰ ਪਾਕੀ ਹੈ ਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸੰਘੀ ਢਾਂਚੇ ਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲਾ ਸਵਾਲ ਚੁੱਕ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ। ਇਸ ਕਰਕੇ ਸਾਨੂੰ ਅੱਜ ਫਿਰ ਡਿਬੇਟ ਕਰਨੀ ਪੈ ਰਹੀ ਹੈ ਕਿ ਘਾਟੀ ਤੇ ਕੇਂਦਰ ਦਾ ਫੈਸਲਾ ਹੋਇਆ, ਸੰਘੀ ਢਾਂਚੇ ਤੇ ਅਸਰ ਕੀ ਹੈ। ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਜੰਮੂ ਕਸ਼ਮੀਰ ਤੇ ਕੇਂਦਰ ਸਰਕਾਰ ਦੇ ਫੈਸਲੇ ਤੇ ਸਿਆਸਤ ਜਾਰੀ ਹੈ। ਵਿਰੋਧੀਆਂ ਨੇ ਕੇਂਦਰ ਦੇ ਫੈਸਲੇ ਨੂੰ ਸੰਘੀ ਢਾਂਚੇ ਤੇ ਘੱਟ ਗਿਣਤੀ ਲਈ ਖਤਰਾ ਦੱਸਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਫੈਸਲੇ ਦੀ ਹਮਾਇਤ ਕਰਨ ਤੇ ਅਕਾਲੀਆਂ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ। ਕੇਂਦਰ ਦਾ ਫੈਸਲਾ ਗੈਰ ਸੰਵਿਧਾਨਿਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਕਿਹਾ ਸੀ, ਇਹ ਦੁਹਰਾਇਆ। ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਤੱਤ ਦੇ ਵਿਰੁੱਧ ਹੈ, ਇਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਫੈਸਲੇ ਤੇ ਵਧਾਈਆਂ ਦਿੱਤੀਆਂ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਜ਼ਰੀਏ ਪਹਿਲਾਂ ਹੀ ਕੇਂਦਰ ਦੀ ਹਮਾਇਤ ਕੀਤੀ ਹੈ। ਪੰਜਾਬ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਉਹ ਵੀ ਜਾਣਨਾ ਜ਼ਰੂਰੀ ਹੈਗਾ। ਧਾਰਾ 370 ਦੇ ਖਾਤਮੇ ਅਤੇ ਕੇਂਦਰ ਦਾ ਦਾਅਵਾ ਕਿ ਮੁੱਖ ਧਾਰਾ ਨਾਲ ਜੁੜੇਗਾ ਜੰਮੂ ਕਸ਼ਮੀਰ, ਵਿਕਾਸ ਹੋਵੇਗਾ ਅਤੇ ਨੌਜਵਾਨਾਂ ਨੌਕਰੀਆਂ ਮਿਲਣਗੀਆਂ, ਬਹੁਤ ਜਿਹੜੇ ਦਾਅਵੇ ਕੀਤੇ ਜਾ ਰਹੇ ਹੈਗੇ ਆ। ਅੱਤਵਾਦ ਜੜੋਂ ਖਤਮ ਹੋ ਜਾਵੇਗਾ, ਪਰ ਇਸ ਸਭ ਦੇ ਵਿਚਾਲੇ ਸਵਾਲ ਇੱਕੋ ਹੀ ਹੈ ਕਿ ਸੰਘੀ ਢਾਂਚੇ 'ਤੇ ਅਸਰ ਕੀ ਹੋਵੇਗਾ। ਅਤੇ ਇਸ ਪੂਰੇ ਮਾਮਲੇ 'ਤੇ ਸਿਆਸਤ ਕਹਿੰਦੀ ਕੀ ਹੈ, ਆਗੂ ਕਹਿੰਦੇ ਕੀ ਹੈ ਪੰਜਾਬ 'ਤੇ, ਉਹ ਸੁਣ ਲਈਏ। ਆਰਟੀਕਲ 370 ਜਾਂ 35A ਇਹਨੂੰ ਹਟਾਈ ਹੈ। ਦਿਸ ਇਜ਼ ਵਿਦ ਇਨ ਦੀ ਕੰਪੀਟੈਂਸ ਆਫ ਅ ਗਵਰਨਮੈਂਟ ਟੂ ਡੂ, ਪ੍ਰੋਵਾਈਡਡ ਇਟ ਗੋਜ਼ ਥਰੂ ਦੀ ਕੰਸਟੀਟਿਊਸ਼ਨਲ ਪ੍ਰੋਸੈਸ। ਕੰਸਟੀਟਿਊਸ਼ਨਲ ਪ੍ਰੋਸੈਸ ਮੀਨਸ ਇਟ ਹੈਜ਼ ਟੂ ਬੀ ਪਾਸ ਬਾਏ ਦਾ ਲੋਕ ਸਭਾ, ਬਾਏ ਦਾ ਰਾਜ ਸਭਾ ਐਂਡ ਰੈਟੀਫਾਈਡ ਬਾਏ ਅ ਸਰਟਨ ਨੰਬਰ ਆਫ ਸਟੇਟ ਅਸੈਂਬਲੀਜ਼, ਆਈ ਥਿੰਕ ਇਜ਼ 2/3। Once so this ratification takes place, then it becomes law. But in this case, it was just pushed through without any constitutional, taking constitutional propriety in view. Congratulate the Prime Minister and the Home Minister for such a bold decision. I feel they are capable of taking such strong decisions. People of Punjab have also suffered, have contributed maximum for this nation. We have provided maximum food grains to the nation. But we are the only state in the country, we don't have a capital. We are the only state in the country, we don't have our own high court. ਕਸ਼ਮੀਰੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਨਾਲ ਹੋਇਆ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਅਤੇ ਇੰਦਰਾ ਗਾਂਧੀ ਦੇ ਸਮੇਂ। ਉਹਨੂੰ ਲੱਗ ਰਿਹਾ ਕਿ ਧੱਕਾ ਹੋਇਆ। ਸਵਾਲ ਇੱਕੋ ਪੁੱਛਾਂ ਕਿ ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ ਕਿ ਜੰਮੂ ਕਸ਼ਮੀਰ ਅਤੇ ਕੇਂਦਰੀ ਫੈਸਲੇ ਅਤੇ ਗੈਰ ਭਾਜਪਾਈ ਸੂਬੇ ਵੰਡੇ ਕਿਉਂ ਕਿ। ਇਸ ਸਵਾਲ 'ਤੇ ਡਿਬੇਟ ਕਰਾਂਗੇ ਅਸੀਂ। ਦਿੱਲੀ ਕਿਸੇ ਹੋਰ ਤਰੀਕੇ ਨਾਲ ਸੋਚਦੀ ਹੈ, ਪੰਜਾਬ ਕਿਸੇ ਹੋਰ ਤਰੀਕੇ ਨਾਲ ਸੋਚਦਾ, ਪੱਛਮੀ ਬੰਗਾਲ ਕਿਸੇ ਹੋਰ ਤਰੀਕੇ ਨਾਲ ਸੋਚਦਾ, ਕੇਰਲਾ ਕਿਸੇ ਹੋਰ ਤਰੀਕੇ ਨਾਲ ਸੋਚਦਾ। ਇਹ ਸਾਰੇ ਸਵਾਲ ਕਰਨੇ ਜ਼ਰੂਰੀ ਹੈਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਬੁੱਧੀਜੀਵੀ ਨੇ, ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਮੇਜਰ ਏ ਪੀ ਸੋਨਵਾਰੀਆ, ਭਾਰਤੀ ਜਨਤਾ ਪਾਰਟੀ ਬੁਲਾਰੇ ਸੋਨਵਾਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਨੀਲ ਗਰਗ, ਆਮ ਆਦਮੀ ਪਾਰਟੀ ਬੁਲਾਰੇ ਨੀਲ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਨੀਲ ਗਰਗ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਨੀਲ ਗਰਗ ਸਾਹਿਬ ਜੀ, ਅਰਵਿੰਦ ਕੇਜਰੀਵਾਲ ਖੁਦਮੁਖਤਿਆਰੀ ਦੀ ਖੁਦ ਗੱਲ ਕਰਦੇ ਹੈ ਅਤੇ ਖੁਦਮੁਖਤਿਆਰੀ ਦੀ ਗੱਲ ਕਰਦੇ ਕਰਦੇ ਸੁਖਪਾਲ ਸਿੰਘ ਖਹਿਰਾ ਵੱਖ ਹੋ ਗਏ, ਹਾਲਾਂਕਿ ਮੁੱਦੇ ਕੁਛ ਹੋਰ ਵੀ ਸੀਗੇ। ਹੁਣ ਖੁਦਮੁਖਤਿਆਰੀ 'ਤੇ ਸਟੈਂਡ ਤੁਹਾਡਾ ਬਦਲ ਗਿਆ। ਕੇਪੀ ਜੀ, ਦੇਖੋ ਇਸ ਨੂੰ ਨਾ ਦੋ ਕੰਟੈਸਟ ਦੇ ਵਿੱਚ ਦੇਖਣ ਦੀ ਜ਼ਰੂਰਤ ਹੈਗੀ ਹੈ, ਜਿੱਥੋਂ ਤੱਕ ਧਾਰਾ 370 ਦੀ ਹਮਾਇਤ ਦੀ ਗੱਲ ਹੈਗੀ ਹੈ। ਕੇਜਰੀਵਾਲ ਸਾਹਿਬ ਨੇ ਬਿਲਕੁਲ, ਯਾਨੀ ਕਿ ਆਮ ਆਦਮੀ ਪਾਰਟੀ ਪੂਰੀ ਦੀ ਪੂਰੀ ਪਾਰਟੀ ਕੇਜਰੀਵਾਲ ਸਾਹਿਬ ਦੇ ਇਸ ਫੈਸਲੇ ਦੇ ਨਾਲ ਖੜੀ ਹੈਗੀ ਹੈ, ਪੂਰੀ ਤਰ੍ਹਾਂ ਇਸ ਦੇ ਵਿੱਚ ਹਮਾਇਤ ਦੇ ਪੰਜਾਬ ਇਕਾਈ ਨਾਲ ਹੈ। ਮੈਂ ਬਿਲਕੁਲ ਉਸ ਪੰਜਾਬ ਇਕਾਈ ਉਹਨਾਂ ਦੇ ਨਾਲ ਹੈਗੀ ਹੈ, ਕਿਉਂਕਿ ਦੇਸ਼ ਦੇ ਵਿੱਚ ਅੱਜ ਇੱਕ ਵਿਧਾਇਕ ਹੈ ਉਲਟ ਬੋਲ ਰਹੇ ਸੀਗੇ। ਸਰ ਜਾਂ ਤਾਂ ਮੈਨੂੰ ਬੋਲ ਲੈਣ ਦਿਓ, ਮੈਂ ਗਰਗ ਸਾਹਿਬ ਇਹ ਸਵਾਲ ਤਾਂ ਕਰਨਾ ਬੰਦ ਹੈ। ਸਦਨ ਦੇ ਵਿੱਚ ਤੁਹਾਡੇ ਇੱਕ ਵਿਧਾਇਕ ਹੈ ਕੇਜਰੀਵਾਲ ਸਾਹਿਬ ਦੇ ਉਲਟ ਬੋਲਦੇ ਪਏ ਸੀ, ਉਹਨਾਂ ਬਾਰੇ ਕੀ ਕਹੋਗੇ? ਮੈਂ ਹੁਣ ਦੇ ਲਓ ਜਵਾਬ, ਬਿਲਕੁਲ ਹੋਰ ਕੁਐਸਚਨ ਹੈਗਾ ਉਹ ਵੀ ਬਿਲਕੁਲ ਦੋ ਜਵਾਬ, ਠੀਕ ਹੈ। ਤੇ ਦੇਸ਼ ਦੇ ਵਿੱਚ ਇੱਕ ਵੱਖਰਾ ਦੇਸ਼ ਹੋਣਾ ਇਹ ਸਾਨੂੰ ਗਵਾਰਾ ਹੀ ਨਹੀਂ ਹੈਗਾ। ਪਿਛਲੇ 70 ਸਾਲਾਂ ਦੇ ਵਿੱਚੋਂ ਜਿਸ ਤਰੀਕੇ ਨਾਲ ਜਿਹੜਾ ਹੈਗਾ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਸੀ, ਠੀਕ ਹੈ ਨਾ, ਉਸ ਨੂੰ ਜਿਹੜਾ ਹੈਗਾ ਦੂਰ ਕਰਨਾ ਬਹੁਤ ਜ਼ਰੂਰੀ ਸੀ ਕਿ ਇੱਕ ਮੁਲਕ ਦੇ ਵਿੱਚ ਇੱਕ ਝੰਡਾ, ਇੱਕ ਵਿਧਾਨ ਅਤੇ ਇੱਕ ਨਿਸ਼ਾਨ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਜਿੱਥੋਂ ਤੱਕ ਤੁਸੀਂ ਪੰਜਾਬ ਦੇ ਇੱਕ MLA ਦੀ ਗੱਲ ਕੀਤੀ ਹੈਗੀ ਹੈ, ਉਹਨਾਂ ਦੀ ਵੱਖਰੀ ਰਾਏ ਹੋ ਸਕਦੀ, ਇੰਡੀਵਿਜੁਅਲ ਰਾਏ ਹੋ ਸਕਦੀ ਹੈ, ਪਾਰਟੀ ਉਹਦੇ ਨਾਲ ਇਤਫਾਕ ਨਹੀਂ ਰੱਖਦੀ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਤੁਸੀਂ ਅੱਜ ਵੀ ਦੇਖਿਆ ਹੈਗਾ ਮੀਡੀਆ ਦੇ ਵਿੱਚ ਵੀ ਜਾ ਕੇ ਜਿਹੜਾ ਹੈਗਾ, ਅੱਜ ਪ੍ਰੈਸ ਕਾਨਫਰੰਸ ਹੋਈ ਉੱਥੇ ਵੀ ਇਹ ਸਵਾਲ ਉੱਠਿਆ, ਔਰ ਸਾਡੇ ਲੀਡਰ ਆਫ ਆਪੋਜੀਸ਼ਨ ਅਤੇ ਅਮਨ ਅਰੋੜਾ ਜੀ ਨੇ ਉੱਥੇ ਵੀ ਬਿਲਕੁਲ ਕਲੀਅਰ ਕੀਤਾ ਹੈਗਾ ਕਿ ਆਮ ਆਦਮੀ ਪਾਰਟੀ ਇਸ ਚੀਜ਼ ਦਾ ਜਿਹੜਾ ਹੈਗਾ ਪੁਰਜ਼ੋਰ ਜਿਹੜਾ ਹੈਗਾ 370 ਧਾਰਾ ਨੂੰ ਹਟਾਉਣ ਦਾ ਉਹ ਸਮਰਥਨ ਕਰਦੀ ਹੈ।
दिल्ली नूं पूर्ण राज दा दर्जा देने की तुसीं मंग करदे सीगे, उस मंग तो हुण आम आदमी पार्टी पासे हो गई है। ये तुसीं कन्फ्यूज अपने आप चो, असीं कन्फ्यूज नहीं हैगे। दिल्ली दी सिचुएशन नूं जिहड़ा हैगा सानूं कन्फ्यूज तां तुसीं करन दी कोशिश कर रहे हो, पर असीं कन्फ्यूज नहीं हो रहे। इस करके तुहानूं सवाल असीं कर रहे हां, आम आदमी पार्टी दा स्टैंड बदल गया, तुसीं कन्फ्यूज हो, आम आदमी पार्टी दा स्टैंड बदल गया। आम आदमी पार्टी हमेशा कहिंदी है कि पूर्ण राज दा दर्जा दे के सूबे नूं उहदे हक दित्ते जाण। हुण पूर्ण राज दा दर्जा जम्मू कश्मीर तो खोया गया, उस नूं केंद्री शासित प्रदेश बनाया गया, आम आदमी पार्टी हुण स्टैंड बदल चुकी है। हो गया सवाल, हुण जवाब सुन लो। जिहड़ा हैगा दिल्ली ते जिहड़ा हैगा जम्मू कश्मीर, दोनों की सिचुएशन सेम नहीं हैगी, दोनों नूं कंपेयर नहीं किया जा सकता। जिहड़ा जम्मू कश्मीर हैगा वो सानू दो पासों जिहड़ा हैगा, एक बन्नू चाइना ने घेरिया होया, एक बन्नू पाकिस्तान ने घेरिया है, और लगातार वो डिस्टर्ब जिहड़ी है स्टेट हैगी। चलो ठीक, और जिहड़ा दिल्ली दे विच इदां दा लॉ एंड ऑर्डर की कोई समस्या नहीं हैगी। हां, दिल्ली विच लॉ एंड ऑर्डर की कोई समस्या नहीं, इस तरह की समस्या नहीं। अच्छा, इस तरह दी, ओके ओके ठीक है। मैं कहा फिर ना कदे कंफ्यूज कर दो तुसीं मैनूं। प्रोफेसर मजीद सिंह, आम आदमी पार्टी का स्टैंड बदल गया, एक सवाल यह है, अकाली दल इस डिबेट में आया नहीं, उन्होंने सदा दिता सीगा, कहिंदे सानू माफ़ कर दो, असी इस डिबेट में पार्टीसपेट नहीं कर सकते गे, साडी स्थिति बड़ी औखी हैगी आ। कांग्रेस डिबेट में पार्टीसपेट नहीं कर रही, तुहानू पता ही है। प्रसन्न मजीत सिंह बोलो। मेरा यह कहना कि केजरीवाल के जिहड़े नुमाइंदे बोल रहे आ, इह कोई दिलों नहीं बोल रहे, अपने जापता रखण लई बोल रहे आ। गल्लां इंज कीतियां जा रहियां, कल दी भूतनी सेवियां च अद्ध, तुसीं कल ते जम्मे आ जे, हैं पार्टी कदों बणी आ, ते तुसीं कई जने देश नूं इंज हो गया, इक दे विच दो आर एस एस यहो जी गल् करती है, 100 साल पुरानी लगी हुई, तो वो तुम कुछ समझ पैंती है, क्योंकि उन्होंने सोल एजेंडा मैं तो भी समझ नहीं आ रही। एक पासे आम आदमी पार्टी को कदम कांग्रेस की बी टीम दसा जाता है, हूँ तुम कह रहे हो संघ की भाषा बोलते पे, बिल्कुल बोल रहे। हाँ, इन्हां दे तीन नारे सीगे, क्रिकेट दी तरह रंग बदलदे आ रहे आ रहे, नीरज साहब आ रहे आ रहे, नीरज साहब आ रहे। बोलो प्रश्न। इन्हां दे दो किस्म दे नारे सी, एक ते लगातार भारत माता दी जय वंदे मातरम ये नारे सीगे, तो दूसरा सी इनकलाब जिंदाबाद, वो पंजाबियों नूं नाल रखण लई। पंजाबियों ने अपनी कन्वीनियंस ना इनकलाब जिंदाबाद ते ज़्यादा भरोसा किया, वंदे मातरम नूं उंजी नाल कही गए, वो पता लग गया कि अस दिलों की बोल रहे सी, उपरों उपरों की बोल रहे सी। इहदे नालों वध एक्सपोजर होर किसी का नहीं होया। मैनूं लगता कि जिन्ना वड्डे पद्धर ते इन्हां ने अपने आप नूं पंजाब दे कंटेक्स्ट विच दो वड्डियां गलतियां करके उसे झाड़ू नाल जिहदे नाल इन्नियां वोटां झाड़ू कट्ठियां करके लैके गए सी, ये झाड़ू अपने उत्ते फेर लिया। किवें एक जिहड़ा मजीठिया की माफ़ी दा उत्ते उत्थे माफ़ी मांग के झुक के वो लीडर ही कहदा पंजाब दे विच जिहड़ा अपनी गल नूं पोस्टर लाउण ते फ्लैक्सां लाउण तों बाद झुक जाए। दूसरा आ जिहड़ी करतूत कीती है, अपने हक ज़्यादा दिल्ली नूं चाहिए आ, उहनूं फुल स्टेट चाहिए, और जिन्हां नूं फुल स्टेट तो भी वध अधिकार मिले सी उन्हां नूं कहिंदे जी एक देश दो देश नहीं, किहड़ियां थोड़ी जी सेंसिटिविटी दिखाओ। किसी नूं खैर नहीं दित्ती, किसी ने किसी ने भीख नहीं सी दित्ती, ये वादे कीते सी, इंटरनेशनल वादे आ, म्यूचुअल वादे आ, और लोगों की उस अटोनमी की रिस्पैक्ट करिए, सगों उल्टा दूजे सूबे की अटोनमी लिए यह जहाँ लड़िए, क्योंकि साडा ढांचा संघी नहीं है, साडा ढांचा जिहड़ा फैडरल ढांचा हैगा आ, संघी ढांचा हैगा आ, ये सेंट्रलाइज्ड ढांचा नहीं उस किस्म का हैगा। इस करके चाहिए तो यह पर उल्ट पासे चल पे। ठीक है नीलगर साहब, नहीं नहीं प्रोफेसर नीलगर साहब, तुम परसनल ना हो, मैं सवाल बड़ा तुम सधारण कर रहा, पानिया के मुद्दे अरविंद केजरीवाल चंडीगढ़ कुछ होर बोलते, हरियाणा कुछ होर बोलते, दिल्ली जा कुछ होर बोलते हैं। हूँ इस मुद्दे पर मैं पूरा स्टेट की मैं जो गल करना यूटी की गल करता है, संघी ढांचे की गल करना, केजरीवाल साहब के स्टैंड है जेडे पल पल से बलते पे, चोणा नेड़े आ रही हैं इस करके स्टैंड बलते पे है, जो उन्होंने समझ आ गई है कि जे काम करना है बतौर मुख्यमंत्री तो मननी पेगी केंद्र सरकार की, इस अलावा कोई चारा है नहीं। चोणा का मेरा ख्याल जो एनक ने शायद तुम लगाई हुई असं चोणा की, नीरगल साहब अभी सोच के आए हो कि अटैक मेरे से करने, असं कोई चोणा मेरा सवाल बड़ा साधारण है, पानी के मुद्दे पर केजरीवाल साहब ने स्टैंड बदले, मैं क्या साधारण सवाल का साधारण जवाब ही दें, दो जवाब से जड़ियाँ एनक जोड़ने तुम्हें लाइया होगी, असी नहीं लाइया होनी, साडा स्टैंड बड़ा क्लीयर है, ठीक है ना। तुम गल की संघी ढांचे की, तुम गल की जानी कि पानियां की, पानिया के उत्ते साडा स्टैंड बिल्कुल क्लीयर है, साढ़े को पानी फालतू नहीं है। केजरीवाल साहब ने की आख्या पानिया बारे, उन्होंने आख्या भी दो तरीके का समझौता हो सकता, जो तुम जो है सुप्रीम कोर्ट का फैसला आता वो मान लो, तो फिर जो है मिल बैठ के कर लो। और मैं एक चीज़ दसो, जो पंजाब के पानिया बारे पंजाब की सरकार जेड़े अकाली ने ज कांग्रेस ने उसका पक्ष प्रॉपर नहीं रख पा रहे, असं तो कोई इस यानी कि पावर के है नहीं कि सुप्रीम कोर्ट के जाके असं केस लड़ा, कोर्ट में जो एफीडेविट जाता सुप्रीम कोर्ट सरकार ने लड़ना कि चलो पानी के मुद्दे मैं होर सवाल भी करूंगा। गर्ग साहब, अब मैं लगता शायद यह सोच के आए हो कि मैं केजरीवाल साहब जो मर्जी डिफेंड करना है,
सुनवारियव साहब संघी ढांचे से सवाल उठते पे है फैडरल स्ट्रक्चर जो सा बड़ा मजबूत है उसनों तुसी कमजोर कर रहे हो सुनवारियव साहब एक कैप्टन अमरिंदर सिंह ने सवाल पूछा पंजाब के मुख्यमंत्री के पी जी एक इन्ना बड़ा कलंक जो भारत वर्ष से लग्या होया सी 370 दे रूप विच ओ जिहड़ा कल और आज दी 12-13 घंटे डिबेट करके दोनों हाउसा ते होके कल पास हो गया और भी शायद पास हो गया हो जाऊगा मैं इत्थे बैठा मैं समझ नहीं आता कि एक कांग्रेस कप्तान साहब दी मैं हुणे सुन रहा सी कि वह इन्ने दुखी हो गए संघी ढांचे ते और 370 का मैं पूछना चाहता कि तुम संघी ढांचे की गल कर रहे हो जब इंदिरा जी हार के जेल के बच्चे निकल के जब प्राइम मिनिस्टर बनी सी 6 साल 370 6 साल की टर्म किने की सी संघी ढांचे की गल कर रहे हैं वो बाद जो देसाई साहब न अंडन करना सी उन्होंने उत्थे कहते 370 नहीं करना कप्तान साहब मैं यह कहना चाहता तुम मैनू ना पुछो तुसी तुहाडा जिहड़ा उत्थे लीडर ऑफ अपोजिशन तो नहीं है दिल्ली विच बट जिहड़ा तुहाडा लीडर है वह कहिंदा कश्मीर तो इंटरनल मामला ही नहीं है कांग्रेस तो देखो केपी जी रंजन अहिर जी तुसी हाँ वह कहिंदे हाँ अधीर चौधरी साहब ने कहा कि कश्मीर तो जिहड़ा है ना वो इंटरनेशनल मतलब बाइलेटरल मामला है यह साडा इंटरनल मामला है ही नहीं तो तुहाडी सोच सारी दुनिया समझ गई 131 करोड़ लोग समझ गए ए ज्यादा तो संघी ढांचा तुसी गल कर रहे हो आज करे कोई संघी ढांचा चलो ठीक है मैं एक छोटा ब्रेक लेना सुनवारे साहब वापस आऊंगा घाटी तो केंद्र का फैसला है संघी ढांचे असर की हैगा बहुत सारे सवाल यहोजे है जो पूछे जरूर है कि सवाल औखे भी लग सकते हैं तिखे भी लग सकते पर जवाब तो लेना बनता ना ब्रेक तो वापस आके लूंगा जरूर वड़ा सवाल असं पूछ रहे इस डिबेट के जम्मू कश्मीर के केंद्रीय फैसले से गैर भाजपाई सूबे वंडे क्यों गए डॉक्टर गुरदर्शन सिंह चलो मैं चाहना बहुत संजीदा जवाब तुहाडे तों संघी ढांचा जिहड़ा फैडरल स्ट्रक्चर हैगा जिहड़ा साडे देश की ताकत हैगा लोकतंत्र की ताकत हैगा वह इस फैसले नाल कमजोर हो जाएगा एबसोल्यूटली कमजोर हो जाएगा देखो पहला तो मैं केजरीवाल साहब ते एक सेंटेंस बोलना चाहना एक तो होंदी है मॉरल डैथ एक होंदी है फिजिकल डैथ केजरीवाल साहब की दो वारी पंजा एक वारी पंजाब मॉरल डैथ हो चुकी है एक दूसरी वारी उन्होंने मॉरल डैथ हुण हो चुकी है जो 370 के उत्ते उन्होंने सपोर्ट दी है सेंट्रल गवर्नमेंट को यह बड़ी सेंसिटिव इशू सी ये बड़ा ही मतलब संवेदना वाला इशू सी इस दे उत्ते उस किस्म के आदमी ने जिहड़ा रेवोल्यूशनरी गल्लां करदा सी इस किस्म की बिट्रेयल मैं समझदा लोगों के सेंटीमेंट्स नू जिन्होंने उन्होंने प्यार करके पैसा भी दिता सपोर्ट भी दी हर किस्म की मदद दी खास तौर पर पंजाब के लोगों नू दिस इज़ द ग्रेटेस्ट बिट्रेयल विच एनीबडी कैन डू दैट हैज़ बीन डन बाई मिस्टर केजरीवाल हुण दूसरी गल है इंडियन कॉन्स्टिट्यूशन के दो ऑपरेटिव सेंटेंसिस है वी द पीपल ऑफ इंडिया दूसरा है यूनियन ऑफ स्टेट्स किसी जगह फैडरल का लफज नहीं यूनियन ऑफ स्टेट जी फैडरलिज्म की डायरेक्शन मच स्ट्रोंगर आर्गूमेंट है ठीक है मच स्ट्रोंगर स्टेटमेंट है अच्छा दूसरी गल आ जी कश्मीर के लोगों की इतने खास तौर पर दसन बहुत इंपॉर्टेंट गल आ कि दे हैव वॉलंटियर्ड दैमसैल्वस टू बी ए पार्ट ऑफ इंडिया कश्मीर के लोगों ने अपने ही इनिशिएटिव के उत्ते हिंदुस्तान का पार्ट बनना उन्होंने एक्सैप्ट किया और पाकिस्तान का पार्ट नहीं बनना उन्होंने रिजैक्ट उन्होंने नहीं एक्सैप्ट किया तो इस किस्म की सिचुएशन दे विच एक कमिटमेंट दी गई 370 दे राही कि उन्होंने इंटरनल अटोनोमी नू टच नहीं किया जाएगा उन्होंने मर्जी के खिलाफ हुण उन्होंने मर्जी नहीं ली गई क्योंकि उत्थे इलैक्टेड लैजिस्लेचर नहीं है तो इलैक्टेड लैजिस्लेचर नू जान बुझ के उत्थे प्रेजिडेंट रूल ला के गवर्नर दे राही पार्लीमेंट की अथॉरिटी यूज़ की जा रही है फॉर द असैम्बली ऑफ दैट स्टेट विच इज़ अनएथिकल विच इज़ अमोरल एंड इट इज़ आलसो इलीगल तो इस कॉन्टैक्स दे विच इस किस्म की बट्रेयल जी पोलीटिकल लैवल पर इज़ अ हाईएसट मैं समझदा गुनाह है जरा दूसरी इंपॉर्टेंट एक बहुत इंपॉर्टेंट गल मैं करनी चाहना अज उत्थे 80 लाख आबादी जिहड़ी आ उन्हां नू घेरिया जा चुकिया उन्हां नू घरां दे विच बाड़िया जा चुकिया मैं पुछना चाहना जिहड़ी गल मोरैलिटी दी एथिक्स दी गल करदी आ जिहड़ी बीजेपी ते आरएसएस वाले की उन्हां बच्चों का होगा जिहड़े छोटे बच्चे दुध पींदे आ ਕਿੱਥੋਂ ਦੁੱਧ ਲੈ ਕੇ ਆਉਣਗੇ ਕਿੱਥੋਂ ਉੱਥੇ ਦੇ ਜਿਹੜੇ ਬਿਮਾਰ ਲੋਕ ਆ ਕਿੱਥੋਂ ਦਵਾਈਆਂ ਦਾ ਇਲਾਜ ਦਵਾਈਆਂ ਕਰਾ ਲੈ ਕੇ ਆਉਣਗੇ
ਕਿੱਥੋਂ ਜਿਹੜੇ ਬੁੱਢੇ ਆਦਮੀ ਆ ਉਹਨਾਂ ਨੂੰ ਕੋਈ ਬਿਮਾਰੀ ਹੋ ਜਾਵੇ, ਹਾਰਟ ਅਟੈਕ ਹੋ ਜਾਵੇ, ਹੋਰ ਪ੍ਰੋਬਲਮ ਉਹਨਾਂ ਨੂੰ ਫਿਜ਼ੀਕਲ ਆ ਜਾਵੇ ਤਾਂ ਉਹ ਕਿਸ ਤਰੀਕੇ ਨਾਲ ਇਲਾਜ ਕਰਾਉਣੇ। ਇਹ ਅਸੀਂ ਭੁਗਤ ਚੁੱਕੇ ਹਾਂ ਪੰਜਾਬ ਦੇ ਵਿੱਚ, ਐਗਜੈਕਟਲੀ ਦੀ ਸੇਮ ਥਿੰਗ ਜਿਹੜੀ ਇੰਡੀਅਨ ਸਟੇਟ ਆ ਉਸਨੇ ਕੀਤੀ ਸੀ 1984 ਦੇ ਵਿੱਚ। ਉੱਥੇ ਇੱਕ ਈਡੀਐਮ ਯੂਜ਼ ਕੀਤਾ ਜਾਂਦਾ ਸੀ, ਈਵਨ ਦੀ ਡੋਗ ਵਾਜ਼ ਨੋਟ ਅਲਾਊਡ ਟੂ ਕ੍ਰੋਸ ਦੀ ਰੋਡ। ਇੱਕ ਕੁੱਤੇ ਨੂੰ ਵੀ ਅਲਾਓ ਨਹੀਂ ਕੀਤਾ ਜਾਂਦਾ ਸੀ ਵੀ ਉਹ ਕ੍ਰੋਸ ਕਰ ਲਏ। ਔਰ ਮੈਂ ਇੱਥੇ ਹੋਰ ਦੱਸਣਾ ਚਾਹੁੰਦਾ, ਨਾ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ, ਈਵਨ ਡੰਗਰਾਂ ਪਸ਼ੂਆਂ ਦੀ ਰਾਈਟਸ ਦੀ ਵੀ ਵਾਇਲੇਸ਼ਨ। ਜਿਹੜੇ ਵਿਚਾਰੇ ਬੋਲ ਨਹੀਂ ਸਕਦੇ ਪਿੰਡਾਂ ਦੇ ਵਿੱਚ, ਜਿਹੜੇ ਮਵੈਸ਼ੀ ਹੈਗੇ ਆ, ਜਿਹੜੇ ਗਊਆਂ ਮੱਝਾਂ ਲੋਕਾਂ ਨੇ ਰੱਖੀਆਂ ਵੀਆਂ ਦੁੱਧ ਪੀਣ ਦੇ ਲਈ, ਉਹਨਾਂ ਨੂੰ ਚਾਰਾ ਕਿੱਥੋਂ ਦੇਣਗੇ, ਉਹਨਾਂ ਨੂੰ ਪਾਣੀ ਕਿੱਥੋਂ ਪਿਲਾਉਣਗੇ, ਉਹਨਾਂ ਦੀ ਦੇਖਭਾਲ। ਮੇਰਾ ਮਤਲਬ ਹਰ ਪਹਿਲੂ ਦੇ ਉੱਤੇ ਇਸ ਕਿਸਮ ਦੀ ਐਕਸਟ੍ਰੀਮ ਮਤਲਬ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਆ, ਔਰ ਜਿਹੜੀ ਦੁਨੀਆ ਦੀ ਵਰਲਡ ਪਬਲਿਕ ਓਪੀਨੀਅਨ ਆ, ਉਹਨਾਂ ਨੂੰ ਆਪਣੀ ਪੋਜੀਸ਼ਨ ਲੈਣੀ ਚਾਹੀਦੀ ਹੈ। ਢਿੱਲੋ ਐਡੇ ਵੱਡੇ ਨੰਬਰ ਦਾ ਢਿੱਲੋ, ਦੋ ਸਵਾਲ ਆ। ਹਾਂਜੀ, ਇੱਕ ਤਾਂ ਜਿਹੜਾ ਆਰਟੀਕਲ 370 ਹੈ, ਹਾਂਜੀ, ਉਹਨੂੰ ਰਿਮੂਵ ਕਰਨ ਦੇ ਹੱਕ ਵਿੱਚ ਹੋ ਤੁਸੀਂ? ਮੈਂ ਉਸ ਨੂੰ ਰਿਮੂਵ ਕਰਨ ਦੇ ਤਰੀਕੇ ਦੇ ਖਿਲਾਫ? ਨਾ ਨਾ ਨਾ, ਮੈਂ ਟੋਟਲੀ ਉਸ ਨੂੰ ਰੱਖਣ ਦੇ ਹੱਕ ਵਿੱਚ ਹਾਂ, ਔਰ ਬਗੈਰ ਉਹਨਾਂ ਦੀ ਮਰਜ਼ੀ ਤੋਂ ਕੋਈ ਵੀ ਕਿਸੇ ਕਿਸਮ ਦੀ ਉਹਨਾਂ ਦੇ ਉੱਤੇ ਠੋਸੀ ਗਈ ਜਿਹੜੀ ਚੀਜ਼ ਆ ਉਸ 'ਤੇ ਮੈਂ ਖਿਲਾਫ ਹਾਂ ਟੋਟਲੀ। ਢਿੱਲੋ, ਇੱਥੇ ਬੈਠ ਕੇ ਤੁਸੀਂ, ਮੈਂ ਆ ਰਿਹਾ ਸੁਣਾਰੀਆ, ਇੱਥੇ ਬੈਠ ਕੇ ਤੁਸੀਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਉਹ ਮੋਦੀ ਸਾਹਿਬ ਦੇ ਉਹਨਾਂ ਨੇ ਬੂਟ ਪਾਏ ਹੋਏ, ਮੋਦੀ ਸਾਹਿਬ ਦੀ ਉਹ ਭਾਸ਼ਾ ਬੋਲਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦਾ ਤੁਸੀਂ ਵੈਲਕਮ ਕਰਦੇ ਹੋ? ਮੈਂ ਇਸ ਬਿਆਨ ਨੂੰ ਉਸ ਨੂੰ ਠੀਕ ਸਮਝਦਾ। ਓਕੇ, ਮੈਂ ਉਸ ਦੇ ਇਸ ਬਿਆਨ ਨੂੰ ਠੀਕ ਸਮਝਦਾ, ਲੇਕਿਨ ਇਸ ਤੋਂ ਵੀ ਉਸ ਨੂੰ ਵੱਧ ਕੇ ਗੱਲ ਕਰਨੀ ਚਾਹੀਦੀ ਆ, ਔਰ ਉਹ ਵੱਧ ਗੱਲ ਕਰਨੀ ਚਾਹੀਦੀ ਆ, ਆਵਾਜ਼ ਉਠਾਉਣੀ ਚਾਹੀਦੀ ਆ, ਬੁਲੰਦ ਕਰਨੀ ਚਾਹੀਦੀ ਆ ਵੀ ਉੱਥੇ ਜਿਹੜੇ ਬੈਠੇ ਬੰਦੇ ਆ ਅੰਦਰ ਤਾੜੇ ਵੇ ਤੁਸੀਂ ਉਹਨਾਂ, ਮਤਲਬ ਐਟ ਦੀ ਪੁਆਇੰਟ ਆਫ ਗਨ, ਉਹਨਾਂ ਨੂੰ ਤੁਸੀਂ ਕਿਸ ਕਿਸਮ ਦੀਆਂ ਫੈਸਿਲਿਟੀਜ਼ ਕਿਉਂ ਨਹੀਂ ਦੇ ਰਹੇ? 4 ਦਿਨ ਹੋ ਗਏ ਅੰਦਰ ਬੈਠੇ ਆ, ਬੱਚੇ ਭੁੱਖੇ ਮਰ ਰਹੇ ਆ, ਮਤਲਬ ਯੂ ਆਰ ਡੂਇੰਗ ਵਰਸ ਦੈਨ ਹਿਟਲਰ ਡਿਡ ਇਨ ਜਰਮਨੀ। ਹਾਂਜੀ ਸੁਣਵਾਰੀ ਸਾਹਿਬ, ਆ ਰਿਹਾ ਸਵਾਲ ਹੈ। ਮੈਂ ਪ੍ਰੋਫੈਸਰ ਢਿੱਲੋਂ ਸਾਹਿਬ ਦਾ ਜਿਹੜਾ ਦੁੱਖ ਇਹ ਚੈਨਲ 'ਤੇ ਦੱਸ ਰਹੇ ਨੇ, ਮੈਂ ਇਹਨਾਂ ਦਾ ਧਿਆਨ ਲਿਜਾਣਾ ਚਾਹੁੰਦਾ। ਪਾਰਲੀਮੈਂਟ ਵਿੱਚ ਆ ਜਿਹੜਾ ਉਹਨਾਂ ਦੇ ਨੁਮਾਇੰਦੇ ਨੇ, ਤੁਸੀਂ ਉਹਨਾਂ ਦੇ ਨੁਮਾਇੰਦੇ ਨੇ, ਜਿੱਥੇ ਪਸ਼ੂਆਂ ਦੀ ਗੱਲ ਕਰ ਰਹੇ ਹੋ, ਗਾਂ ਮੱਝਾਂ ਦੀ ਗੱਲ ਕਰ ਰਹੇ ਹੋ, ਉਹ ਉੱਥੇ ਉਹਨਾਂ ਨੇ ਕਿਹਾ ਕਿ ਸਾਡੇ ਕੋਈ ਪਰੇਸ਼ਾਨੀ ਨਹੀਂ ਹੋ ਰਹੀ। ਲੱਦਾਖ ਦੇ ਐਮ ਪੀ ਨੇ ਬੋਲਿਆ, ਕਸ਼ਮੀਰ ਦੇ, ਜੰਮੂ ਕਸ਼ਮੀਰ ਦੇ ਐਮ ਪੀ ਬੋਲੇ। ਤੁਸੀਂ ਦੇਖੋ, ਬਿਆਨ ਨਹੀਂ ਕਰਦੇ ਹੋ, ਤੁਹਾਡਾ ਦੁੱਖ ਮੈਂ ਸਮਝਦਾ। ਇਹਨਾਂ ਦੀ ਤਾਂ ਦੋਨੋਂ ਨਾਵਾਂ 'ਤੇ ਪੈਰ ਰੱਖਣ ਦੀ ਆਦਤ ਹੈ। ਇੱਥੇ ਵੀ ਹੁਣ ਕਪਤਾਨ ਸਾਹਿਬ ਨੂੰ ਬੜਾਈ ਕਰਤੀ, ਕੱਲ੍ਹ ਤਾਂ ਕਪਤਾਨ, ਮੈਂ ਪੁੱਛਣਾ ਚਾਹੁੰਦਾ ਢਿੱਲੋਂ ਸਾਹਿਬ ਤੋਂ ਕਿ ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ ਸੀ, 562 ਰਿਆਸਤ ਇਹ ਜੁਆਇਨ ਹੋਈ ਸੀ, ਇੱਥੇ ਸੰਘ ਜਿਹੜੇ ਆਪਣਾ ਫੈਡਰੇਸ਼ਨ ਜਿਹੜਾ ਗੌਰਮੈਂਟ ਆਫ ਇੰਡੀਆ ਦਾ ਬਣਾਇਆ, ਉਹਨਾਂ 'ਤੇ ਇੱਕ ਸਾਈਕ ਪੂਰਾ ਇੱਕ ਹੀ ਲੈਂਗੁਏਜ ਸੀ, ਸਿਰਫ ਇੱਕ ਕਸ 562 ਵਿੱਚ ਨਹੀਂ ਹੋਇਆ, ਇਹ ਕਿਵੇਂ 370 ਕਾਹਦੇ ਵਾਸਤੇ ਆਇਆ? ਇਹ ਦੇਖੀਏ, ਇਦਾਂ ਦੀ ਗਲਤ ਪਿਆਰੀ ਨਾ ਕਰੀਏ, ਇਹ ਗਲਤ ਗਲਤ। ਜਿਹੜੇ ਬਾਕੀ ਸੂਬਿਆਂ ਵਿੱਚ, ਜਿਹੜੇ ਬਾਕੀ ਸੂਬਿਆਂ ਵਿੱਚ ਜ਼ਮੀਨ ਦਾ ਮਸਲਾ ਹੈਗਾ, ਮੈਂ ਬਾਕੀ ਸੂਬਿਆਂ ਵਿੱਚ ਜਿਹੜਾ ਮਸਲਾ ਹੈਗਾ, ਉੱਥੇ ਵੀ ਜ਼ਮੀਨ ਤੁਸੀਂ ਖਰੀਦ ਨਹੀਂ ਸਕਦੇ, ਉੱਥੇ ਵੀ ਕੋਈ ਆਰਟੀਕਲ 371 ਹੈ, ਕਿਤੇ 20 ਹੈ, ਕਿਤੇ ਕੁਛ ਹੈ। ਇੱਕ ਮਿੰਟ ਸੁਣ ਲਓ, ਸੁਣਾਓ ਸਰ, ਕਿ ਉੱਥੇ ਵੀ ਤੁਸੀਂ ਇਹੋ ਜਿਹੇ ਫੈਸਲੇ ਲੈਣ ਜਾ ਰਹੇ ਹੋ? ਕੇਪੀਜੀ ਆਜ ਮੁੱਦਾ 370 ਦਾ ਸਰ, ਮੈਂ ਸਵਾਲ ਫਿਊਚਰ ਦਾ ਕਰ ਰਿਹਾ, ਤੁਸੀਂ ਫਿਊਚਰ ਦਾ ਸਵਾਲ, ਤੁਸੀਂ ਫਿਊਚਰ ਦਾ ਸਵਾਲ ਅੱਗੇ ਰੱਖ ਕੇ ਜੰਮੂ ਕਸ਼ਮੀਰ ਤੇ ਫੈਸਲਾ ਕੀਤਾ, ਮੈਂ ਫਿਊਚਰ ਦਾ ਸਵਾਲ ਹੀ ਤੁਹਾਡੇ ਅੱਗੇ ਰੱਖ ਸਕਦਾ? ਮੈਂ ਇਹ ਕਹਿਣਾ ਚਾਹਣਾ ਕਿ 370 ਜਿਹੜਾ ਮੈਨੂੰ ਇੱਕ ਤੁਸੀਂ ਗਿਣਾ ਦਿਓ, ਮੈਂ ਢਿੱਲੋਂ ਸਾਹਿਬ ਇਹਦੇ ਨਾਲ 370 ਨੂੰ ਫਾਇਦਾ, ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ, ਨਹੀਂ ਦੇ ਰਹੇ ਸੁਣਾਰੇ ਸਰ, ਜਵਾਬ ਨਹੀਂ ਦੇ ਰਹੇ ਤੁਸੀਂ। ਹਾਂਜੀ ਗਰਗ ਸਾਹਿਬ, ਬੇਸਿਕਲੀ ਤੁਸੀਂ ਜਿਹੜਾ ਮੈਂ ਐਕਚੁਅਲੀ ਪੁੱਛਣਾ ਚਾਹ ਰਿਹਾ ਸੀ ਤੁਸੀਂ ਉਹੀ ਕਹਿਤਾ, ਜਿੱਥੋਂ ਤੱਕ ਨਹੀਂ, ਮੈਂ ਕਨਫਿਊਜ਼ ਲੱਗਦਾ, ਨਹੀਂ ਕਨਫਿਊਜ਼ ਨਹੀਂ ਲੱਗਦਾ, ਪਤਾ ਕਾਰਨ ਕੀ ਹੈਗਾ, ਜਿਹੜੀ ਅਸੀਂ ਹਮਾਇਤ ਕੀਤੀ ਹੈ ਪਾਰਟੀ ਦੀ, ਮੈਂ ਫਿਰ ਬੜਾ ਉਚੇਚੇ ਤੌਰ 'ਤੇ ਕਹਿ ਰਿਹਾ, ਅਸੀਂ ਜੇ ਤੁਸੀਂ ਉਹਨਾਂ ਦਾ ਪੂਰਾ ਟਵੀਟ ਪੜ੍ਹੋ, ਠੀਕ ਹੈ ਨਾ, 370 ਹਟਾਈ, ਅਸੀਂ ਇਹਦੀ ਹਮਾਇਤ ਕਰਦੇ ਹਾਂ, ਉਮੀਦ ਕਰਦੇ ਹਾਂ ਉੱਥੇ ਮਾਹੌਲ ਸੁਧਰੇਗਾ, ਡਿਵੈਲਪਮੈਂਟ ਹੋਏਗੀ, ਠੀਕ ਹੈ। ਪਰ ਜਦੋਂ ਅਸੀਂ ਉੱਥੋਂ ਦੇ ਲੋਕਲ ਲੀਡਰਾਂ ਦੀ ਗੱਲ ਕਰਦੇ ਹਾਂ, ਪਰ ਡਾਕਟਰ ਢਿੱਲੋਂ ਨੇ ਆਖਿਆ, ਠੀਕ ਹੈ ਨਾ, ਅਸੀਂ ਪਿਛਲੇ 20 ਸਾਲਾਂ ਤੋਂ 30-40 ਸਾਲਾਂ ਤੋਂ ਜਿਹੜਾ ਹੈ ਤਾਂ ਅਸੀਂ ਆਪਣੇ ਅੱਖੀਂ ਵੇਖਦੇ ਰਹੇ ਹੈਗੇ ਹਾਂ, ਉਹ ਉੱਥੋਂ ਦੇ ਲੀਡਰਾਂ ਦਾ ਜਿਹੜਾ ਦੋਗਲਾਪਨ ਜਿਹੜਾ ਹੈਗਾ, ਚਾਹੇ ਉਹ ਵੱਖਵਾਦੀ ਨੇ ਅਤੇ ਜਾਂ ਉੱਥੋਂ ਦੇ ਜਾਣੀ ਕਿ ਮੇਨ ਸਟ੍ਰੀਮ ਦੇ ਲੀਡਰ ਨੇ, ਦਿੱਲੀ ਆ ਕੇ ਹੋਰ ਬੋਲੀ ਬੋਲਦੇ ਆ, ਜਦੋਂ ਹੀ ਉਹ ਸ਼੍ਰੀਨਗਰ ਚਲੇ ਜਾਂਦੇ ਉਹਨਾਂ ਦੀ ਬੋਲੀ ਬਦਲ ਜਾਂਦੀ ਹੈ, ਠੀਕ ਹੈ ਨਾ। ਇੱਕ ਚੀਜ਼ ਲੇਕਿਨ ਜਿਹੜਾ ਹੈਗਾ, ਸੇਮ ਜਿਵੇਂ ਕੇਜਰੀਵਾਲ ਸਾਹਿਬ ਪਾਣੀ 'ਤੇ ਸਟੈਂਡ ਬਦਲ, ਇਹ ਤਾਂ ਤੁਸੀਂ ਕਹਿ ਰਹੇ ਹੋ, ਠੀਕ ਹੈ ਨਾ। 8 ਜਿਹੜੇ ਸਟੇਟਸ ਨੇ ਉਹਨਾਂ ਦੇ ਵਿੱਚੋਂ, ਜੇਕਰ ਹਿਮਾਚਲ ਹੈਗਾ, ਕਰਨਾਟਕਾ ਹੈਗਾ, ਰਾਜਸਥਾਨ ਹੈਗਾ, ਸਿੱਕਮ ਹੈਗਾ, ਤ੍ਰਿਪੁਰਾ ਹੈਗਾ, ਮਿਜ਼ੋਰਮ ਹੈਗਾ, ਬਾਕੀ ਵੀ ਨੇ, ਕਿ ਉੱਥੇ ਵੀ ਇੱਦਾਂ ਦੀ ਜਿਹੜੀ ਕੰਡੀਸ਼ਨ,
ਸਵਾਲ ਕਿਉਂ ਨਹੀਂ ਪੁੱਛਦੇ ਪਏ? ਅਸੀਂ ਪੁੱਛਣ, ਮੈਂ ਉਹੀ ਕਹਿ ਰਿਹਾ ਨਾ, ਤੁਸੀਂ ਇਹ ਸਵਾਲ ਕਿਉਂ ਨਹੀਂ ਪੁੱਛਦੇ ਪਏ? ਕੇਜਰੀਵਾਲ ਸਾਹਿਬ ਜੋ ਟਵੀਟ ਕਰਦੇ ਆ ਉਹਦੇ ਸਵਾਲ ਪੁੱਛਣ ਨਾ ਤੁਸੀਂ। ਪਤਾ ਕੀ ਹੈ, ਤੁਸੀਂ ਜਨਤਾ ਨੂੰ ਕਨਫਿਊਜ਼ ਕਰ ਰਹੇ ਹੋ, ਸਿਰਫ ਉਹ ਜੀ ਕੇਜਰੀਵਾਲ ਨੇ ਆ ਕਰਤਾ ਜੀ, ਕੇਜਰੀਵਾਲ ਨੇ ਕਰਤਾ। ਚੋਣਾਂ ਕਰਕੇ ਕੀਤਾ ਯਾਰ, ਅਸੀਂ ਸਵਾਲ ਪੁੱਛਦੇ ਆ ਕਿ ਜਿਹੜੀਆਂ ਇਹ ਬਾਕੀ 8 ਸਟੇਟਾਂ ਨੇ ਇਹਨਾਂ ਦੇ ਵਿੱਚ ਇਹ ਫੈਸਲਾ ਤੁਸੀਂ ਕਦੋਂ ਲਾਗੂ ਕਰੋਗੇ? ਕੇਜਰੀਵਾਲ ਸਾਹਿਬ ਤੋਂ ਟਵੀਟ ਕਰਾ ਦੋ ਨਾ ਇੱਕ ਚੀਜ਼ ਕਰਾ ਦੋ, ਦੂਸਰੀ ਗੱਲ ਜਿਹੜਾ ਹੈਗਾ ਕਨਫਿਊਜ਼ ਹੋਊਗਾ ਕੋਈ ਨਹੀਂ, ਅਸੀਂ ਬਿਲਕੁਲ ਕੇਜਰੀਵਾਲ ਸਾਹਿਬ ਤੋਂ ਇਹ ਟਵੀਟ ਕਰਾ ਦੋ ਜਿਹੜਾ 8 ਸਟੇਟ ਦਾ ਤੁਸੀਂ ਕਹਿ ਰਹੇ ਹੋ, ਕਰਵਾ ਦੇਵਾਂਗੇ ਪਾਰਟੀ ਦੇ। ਚਲੋ ਠੀਕ ਹੈ, ਬਹੁਤ ਧੰਨਵਾਦ, ਪਾਰਟੀ ਦੇ ਡਿਸੀਜਨ ਹੈ, ਬਹੁਤ ਧੰਨਵਾਦ ਤੁਹਾਡਾ। ਬੋਲੋ ਮੈਂ, ਬੋਲੋ ਪ੍ਰਸਮਨ ਜੀ। ਹਾਂ, ਮੇਰਾ ਇੰਨਾ ਕਹਿਣਾ ਕਿ ਦੇਖੋ, ਸਾਨੂੰ ਜਿਹੜਾ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਉਹਦੇ 'ਚ ਬਹੁਤ ਜ਼ਿਆਦਾ ਕੁਛ ਰੀਡ ਨਹੀਂ ਕਰਨਾ ਚਾਹੀਦਾ। ਇਹ ਕੈਪਟਨ ਸਾਹਿਬ ਵੀ ਹਵਾ ਦਾ ਰੁੱਖ ਦੇਖ ਕੇ ਬਿਆਨ ਛੱਡ ਦਿੰਦੇ ਆ। ਅੱਜ ਅਸੀਂ ਜ਼ਰੂਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੇ ਕ੍ਰਿਟੀਕਲ ਮੌਕੇ ਦੇ ਉੱਤੇ ਕੋਈ ਚੱਜ ਦੀ ਗੱਲ ਕੀਤੀ ਹੈ। ਅਦਰਵਾਈਜ਼ ਜਿਵੇਂ ਪਿੱਛੇ ਕਰਤਾਰਪੁਰ ਲਾਂਘੇ ਦੇ ਉੱਤੇ ਸਿੱਧੂ ਨੂੰ ਪਾਣੀ ਪੀ ਪੀ ਕੋਸ ਰਹੇ ਸੀਗੇ, ਉਹ ਇੱਕ ਉਹਨਾਂ ਦਾ ਦੂਜਾ ਚਿਹਰਾ ਵੀ ਸੀਗਾ। ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੇ ਕਰਤਾਰਪੁਰ ਲਾਂਘੇ ਤੇ ਵੀ ਨਾਲ ਬਿਆਨ ਦਿੱਤਾ ਹੈ, ਉਹ ਕਹਿੰਦੇ ਵੀ ਇਸ ਦਾ ਕਰਤਾਰਪੁਰ ਲਾਂਘੇ ਤੇ ਕੋਈ ਅਸਰ ਨਹੀਂ ਹੋਊਗਾ। ਨਹੀਂ, ਇਹ ਤੇ ਹੁਣ ਇਹਨਾਂ ਦਾ ਕਹਿਣਾ ਹੈ ਨਾ, ਇਹ ਦੇਖਾਂਗੇ ਕੀ ਹੁੰਦਾ, ਇਹਨਾਂ ਨੇ ਫੈਸਲਾ ਕਰਨਾ, ਇਹਨਾਂ ਨੂੰ ਕਿਹਨੇ ਪੁੱਛਣਾ? ਜਦੋਂ ਹੋਣਾ ਉੱਥੇ ਸਭ ਕੁਝ ਹੋਣਾ, ਇਹਨਾਂ ਨੂੰ ਪੁੱਛ ਕੇ ਤੇ 370 ਦਾ ਫੈਸਲਾ ਹੋਇਆ। ਸਵਾਲ ਇਹ ਹੈਗਾ, ਕਾਂਗਰਸ ਕਿੱਥੇ ਕਿੱਥੇ ਕੀ ਕੀ ਬੋਲੀ ਬੋਲਦੀ ਆ, ਪਾਰਲੀਮੈਂਟ 'ਚ ਵਿਰੋਧ ਕਰ ਰਹੀ ਆ, ਹਰਿਆਣੇ ਦੀ ਹੁੱਡਾ ਉਹਨੀ ਨਾਲ ਬਹਿ ਕੇ ਸਪੋਰਟ ਕਰ ਰਹੇ ਆ, ਅਤੇ ਇੱਥੇ ਵਾਲੀ ਫਿਰ ਜਾ ਕੇ ਕਹਿ ਰਹੀ ਆ ਕਿ ਨਹੀਂ ਇਹ ਮਾੜੀ ਗੱਲ ਹੋਈ ਆ। ਕਾਂਗਰਸ ਦਾ ਜਿਹੜਾ ਕਰੈਕਟਰ ਆ ਉਹ ਕੋਈ ਬੇਸਿਕਲੀ ਬਹੁਤ ਵੱਡਾ ਫਰਕ ਨਹੀਂ ਗਾ ਬੀਜੇਪੀ ਨਾਲੋਂ। ਉਹ ਉਸੇ ਕਿਸਮ ਨਾਲ ਹੀ ਜਿਹੜਾ ਸੈਂਟਰਲ ਢਾਂਚਾ, ਜਿਹੜਾ ਸੈਂਟਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ, ਸੰਘੀ ਢਾਂਚੇ ਦੇ ਅਗੇਂਸਟ ਉਸੇ ਤਰ੍ਹਾਂ ਆਮ ਤੌਰ 'ਤੇ ਭੁਗਤਦੇ ਆ। ਇਸ ਕਰਕੇ ਆਹ ਹੁਣ ਦੀ ਇਗਜ਼ੈਂਪਲ ਹੀ ਲੈ ਲਓ, ਕੱਲ੍ਹ ਦਾ ਨਾਲ ਉਹਨਾਂ ਨੇ ਬਿਲਕੁਲ ਖੱਟੜ ਦੇ ਸਾਰੀ ਅਸੈਂਬਲੀ ਨੇ ਸਪੋਰਟ ਕਰਕੇ ਹੁੱਡਾ ਨਾਲ ਬੈਠਾ। ਇੱਕ ਹੋਰ ਬ੍ਰੇਕ ਲੈਣਾ ਹੈਗਾ। ਘਾਟੀ ਦੇ ਕੇਂਦਰ ਦਾ ਫੈਸਲਾ ਹੋਇਆ, ਸੰਘੀ ਢਾਂਚੇ 'ਤੇ ਅਸਰ ਕੀ ਹੈਗਾ? ਬਹੁਤ ਸਾਰੇ ਸਵਾਲ ਆ, ਜਿਹਨਾਂ ਸਵਾਲਾਂ ਦੇ ਵਿੱਚ ਜੋ ਜਵਾਬ ਹੋਣਗੇ ਤੁਹਾਨੂੰ ਬਹੁਤ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲੇਗਾ, ਸੋਚਣ ਨੂੰ ਮਿਲੇਗਾ ਕਿ ਇਹ ਸਿਆਸਤ ਆ ਜਿਹੜੀ ਜਿਵੇਂ ਸੂਟ ਕਰਦੀ ਹੈ ਉਵੇਂ ਕਿਉਂ ਕਰਦੀ ਹੈਗੀ। ਬ੍ਰੇਕ ਤੋਂ ਵਾਪਸ ਆ ਕੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ, ਨੈਤਿਕਤਾ ਕਿਤੇ ਮਰਤਾ ਨਹੀਂ ਹੈਗੀ। ਸਵਾਲ ਇੱਕ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਜੰਮੂ ਕਸ਼ਮੀਰ 'ਤੇ ਕੇਂਦਰੀ ਫੈਸਲੇ 'ਤੇ ਗੈਰ ਭਾਜਪਾਈ ਸੂਬੇ ਬਣਦੇ ਕਿਉਂ ਗਏ? ਡਾਕਟਰ ਲੋ, ਇੱਕ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਵਾਲ ਚੁੱਕਿਆ ਹੈਗਾ ਅਕਾਲੀ ਦਲ 'ਤੇ, ਅਕਾਲੀ ਦਲ ਦਾ ਕੋਈ ਬੁਲਾਰਾ ਨਹੀਂ ਆਇਆ, ਉਸ ਡਿਬੇਟ ਵਿੱਚ ਕੰਫਰਟੇਬਲ ਨਹੀਂ ਮਹਿਸੂਸ ਕਰ ਰਹੇ ਸੀ ਤਾਂ ਹੀ ਨਹੀਂ ਆਏ। ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਤੱਤ ਦੇ ਵਿਰੁੱਧ ਹੈ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਇਹਦਾ ਮਤਲਬ ਕੀ ਹੈ? ਇਹਦਾ ਬਿਲਕੁਲ ਕਲੀਅਰ ਕੱਟ ਮਤਲਬ ਆ, ਦੋ ਕਰੈਕਟਰ ਆ ਅਕਾਲੀ ਦਲ ਦੇ ਮੇਨ ਜਿਸ ਦੇ ਉੱਤੇ ਸਸਟੇਨ ਕਰਦੇ ਆ ਰਹੇ ਆ ਆਲ ਥਰੂ। ਇੱਕ ਤਾਂ ਹੈ ਸਿੱਖਾਂ ਦੀ ਆਈਡੈਂਟੀਟੀ ਦਾ ਕੁਐਸਚਨ, ਦੂਸਰਾ ਇੰਪੋਰਟੈਂਟ ਆ ਕਿ ਸਟੇਟਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਦੋ ਹੀ ਉਹਨਾਂ ਦੇ ਮੇਜਰ ਪਲੈਂਕ ਸੀਗੇ। ਅੱਜ ਜਿਹਨਾਂ ਉਹਨਾਂ ਨੇ ਆਪਣੇ ਮਤਲਬ ਲੋਕ ਕਹਿੰਦੇ ਨਾ ਕੁਹਾੜੀ 'ਤੇ ਪੈਰ ਮਾਰਿਆ, ਪੈਰ ਕੁਹਾੜੀ 'ਤੇ ਮਾਰ ਲਿਆ, ਮਤਲਬ ਉਹਨਾਂ ਦਾ ਜਿਹੜਾ ਵੋਲਟੀ ਫੇਸ ਆ, ਮਖੌਟਾਪਨ ਆ, ਚਾਰ ਪਾਰਟੀਆਂ ਦਾ ਸਭ ਦੇ ਸਾਹਮਣੇ ਨਿਕਲ ਕੇ ਜਨਾਜ਼ਾ। ਇੱਕ ਹੋਰ ਪਰਖ ਦੀ ਘੜੀ ਆ ਰਹੀ ਹੈ, ਰਿਵਰ ਵਾਟਰ ਅਮੈਂਡਮੈਂਟ ਬਿੱਲ, ਉਹ ਵੀ ਪਰਖ ਦੀ ਘੜੀ ਆ ਰਹੀ, ਉਹ ਵੀ ਆ ਰਹੀ ਹੈ। ਅਕਾਲੀ ਦਲ ਦਾ ਜਨਾਜ਼ਾ ਨਿਕਲ ਗਿਆ, BSP ਦਾ ਜਨਾਜ਼ਾ ਨਿਕਲ ਗਿਆ, ਆਮ ਪਾਰਟੀ ਦਾ ਜਨਾਜ਼ਾ ਨਿਕਲ ਗਿਆ, ਤੋ ਉਸ ਦੇ ਵਿੱਚ ਜਿਹੜੇ ਲੀਡਰਾਂ ਦੇ ਸੌਦੇ ਹੋਏ ਆ। BSP ਦੀ ਜਿਹੜੀ ਹੈਗੀ ਆ ਮਾਇਆਵਤੀ ਜੀ, ਉਹਦਾ ਜਿਹੜਾ ਭਤੀਜਾ, ਉਸ ਦੇ ਕੋਲ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ 'ਤੇ ਉਸ ਦੇ ਭਤੀਜੇ 'ਤੇ ਇਨਕੁਆਇਰੀ ਸ਼ੁਰੂ ਕਰਤੀ ਸੀ 7300 ਕਰੋੜ ਲਈ ਉਹਦੀ ਜਿਹੜੀ ਪ੍ਰੋਪਰਟੀ ਸੀ ਉੱਥੇ ਦਿੱਲੀ ਦੇ ਨੇੜੇ। ਤੋ ਇਸੇ ਤਰੀਕੇ ਨੇ ਸਾਰਿਆਂ ਦਾ ਗਲਾ ਘੋਟ ਕੇ ਉਹਨਾਂ ਨੇ ਵੋਟਾਂ ਲਈਆਂ, ਨੋਟ ਵਾਲੰਟਰੀਲੀ, ਨੋਟ ਫਰੋਮ ਦੇਅਰ ਮਾਇੰਡ, ਨੋਟ ਫਰੋਮ ਦੇਅਰ ਯੂ ਨੋ ਵਿਸ਼ਿਜ਼, ਉਹਨਾਂ ਨੇ ਗਲ ਘੋਟ ਕੇ ਸਾਰੇ ਜਿਹੜੇ ਲੀਡਰ ਆ ਉਹਨਾਂ ਨੂੰ ਮਤਲਬ ਮਜਬੂਰ ਕੀਤਾ ਕਿ ਵੋਟ ਪਾਉਣ, ਔਰ ਵੋਟ ਉਹਨਾਂ ਨੇ ਪਾਈ ਆ ਆਪਣੀ ਜਾਨ ਛਡਾਉਣ ਦੇ ਲਈ। ਹਰ ਕਿਸਮ ਦਾ ਜਿਹੜਾ ਇੰਸਟੀਟਿਊਸ਼ਨ ਆ ਯੂਜ਼ ਕੀਤਾ ਜਾ ਰਿਹਾ ਫੋਰ ਦਾ ਪੋਲੀਟੀਕਲ ਐਂਡ। ਕਿਸੇ ਨੈਤਿਕਤਾ ਜਿੰਦਾ ਹੈ? ਐਬਸੋਲਿਊਟਲੀ ਨਾਟ। ਔਰ ਅੱਜ ਜਿਹੜਾ ਸਭ ਤੋਂ ਵੱਡਾ ਜਨਾਜ਼ਾ ਜਿਹੜਾ ਨਿਕਲਿਆ ਨਾ, ਉਹ ਅਕਾਲੀ ਦਲ ਦਾ ਜਨਾਜ਼ਾ ਨਿਕਲਿਆ। ਮਤਲਬ ਜਿਹੜੀ ਕਿੰਨੇ ਐਜੀਟੇਸ਼ਨ ਲਾਏ, ਕਿੰਨੀਆਂ ਮੋਰਚੇ ਲਾਏ, ਕਿਸ ਚੀਜ਼ 'ਤੇ ਮੋਰਚੇ ਲਾਏ, ਵੱਧ ਅਧਿਕਾਰਾਂ 'ਤੇ ਸਟੇਟਾਂ ਨੂੰ ਮੋਰਚੇ ਲਾਏ, ਔਰ ਅੱਜ ਵੱਧ ਅਧਿਕਾਰਾਂ ਦੇ ਖਿਲਾਫ਼ ਹੀ ਵੋਟਾਂ ਪਾ ਦਿੱਤੀਆਂ। ਮਤਲਬ ਇਸ ਕਿਸਮ ਦਾ ਦੋਗਲਾਪਣ, ਮਤਲਬ ਹੁਣ ਕਿਸ ਫੇਸ ਦੇ ਨਾਲ, ਕਿਸ ਗੱਲ ਦੇ ਨਾਲ ਉਹ ਲੋਕਾਂ ਨੂੰ ਫੇਸ ਕਰਨਗੇ, ਬੜੀ ਮਤਲਬ ਤ੍ਰਾਸਦੀ ਆ, ਬੜੀ ਦੁਖਦਾਈ ਗੱਲ ਆ। ਨੀਲਕਰ ਸਾਹਿਬ, ਤੁਸੀਂ ਅਕਾਲੀ ਦਲ 'ਤੇ ਕੋਈ ਕਮੈਂਟ ਕਰ ਸਕਦੇ ਹੋ ਕਿ ਅਕਾਲੀ ਦਲ ਇਸ ਮੁੱਦੇ 'ਤੇ ਦੋਗਲਾ ਨਜ਼ਰ ਆਇਆ? ਆਨੰਦਪੁਰ ਸਾਹਿਬ ਦਾ ਮਤੇ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕੀਤੀ ਹੈਗੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਨਾਲ ਆਮ ਆਦਮੀ ਪਾਰਟੀ ਸਟੈਂਡ ਕਰਦੀ ਹੈ? ਤੁਹਾਡੀ ਵੈਸੇ ਜਵਾਬ ਦੇਣਾ ਬੜਾ ਔਖਾ ਗਰਗ ਸਾਹਿਬ। ਦੇਖੋ ਇਹਦਾ ਸਵਾਲ ਬੜਾ ਸਧਾਰਨ ਹੈ, ਇਹ ਤਾਂ ਬਿਹਤਰ ਹੈਗਾ ਕਿ ਤੁਸੀਂ ਅਕਾਲੀ ਦਲ ਤੋਂ ਪੁੱਛੋ। ਨਹੀਂ ਨਹੀਂ, ਤੁਸੀਂ ਕਿਉਂ ਨਹੀਂ ਕਮੈਂਟ ਕਰਨਾ ਚਾਹੁੰਦੇ? ਤੁਸੀਂ ਹਮੇਸ਼ਾ ਅਕਾਲੀ ਦਲ 'ਤੇ ਕਮੈਂਟ ਕਰਦੇ ਹੋ, ਅਕਾਲੀ ਦਲ ਅਜੇ ਹੈ ਨਹੀਂ, ਫਿਰ ਮੈਂ ਤੁਹਾਡੇ ਤੋਂ ਕਮੈਂਟ ਕਰਾ ਰਿਹਾ, ਅਕਾਲੀ ਦਲ ਸੁਣਦਾ ਹੋਊਗਾ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈ।
ਸਾਡਾ ਸਟੈਂਡ ਬੜਾ ਕਲੀਅਰ ਹੈਗਾ ਇਸ ਮੁੱਦੇ ਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜਿਹੜਾ ਸਾਡਾ ਸਟੈਂਡ ਬੜਾ ਕਲੀਅਰ ਹੈਗਾ ਇੱਥੇ ਨਾ ਤੁਸੀਂ ਇੱਕ ਚੀਜ਼ ਮੈਨੂੰ ਕਲੈਰੀਫਾਈ ਜ਼ਰੂਰ ਕਰ ਲੈਣ ਦਿਓ ਜਿਹੜਾ ਕਿ ਅਨਸੈਸਰੀ ਯਾਨੀ ਕਿ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਅਸੀਂ ਸਿਰਫ ਅਤੇ ਸਿਰਫ 370 ਧਾਰਾ ਹਟਾਉਣ ਦੇ ਹੱਕ 'ਚ ਹਾਂ ਅਸੀਂ ਬੀਜੇਪੀ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਮੈਂ ਤਾਂ ਸਵਾਲ ਹੀ ਹੋਰ ਕੀਤਾ ਤੁਸੀਂ ਵਾਰ ਵਾਰ ਕਿਉਂ ਕਲੈਰੀਫਿਕੇਸ਼ਨ ਦੇਈ ਜਾਂਦੇ ਹੋ ਉਹਦੇ ਨਾਲ ਸਹਿਮਤ ਨਹੀਂ ਜਨਤਾ ਨੂੰ ਸਮਝ ਆ ਜਾਂਦੀ ਹੈ ਉਹ ਮੈਂ ਕਨਫਿਊਜ਼ ਹੋ ਸਕਦਾ ਤੁਸੀਂ ਹੋ ਸਕਦੇ ਹੋ ਕਨਫਿਊਜ਼ ਨਹੀਂ ਹੈਗੇ ਇਸੇ ਕਰਕੇ ਬੜਾ ਸਿੱਧਾ ਸ਼ਬਦ ਹੈ ਬਿਲਕੁਲ ਉਹ ਇਹ ਵੀ ਸਮਝ ਰਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਤੇ ਆਮ ਆਦਮੀ ਪਾਰਟੀ ਜਵਾਬ ਨਹੀਂ ਦੇ ਰਹੀ ਉਹ ਵੀ ਇਹ ਸਮਝ ਰਿਹਾ ਬਹੁਤ ਔਖਾ ਜਵਾਬ ਦੇਣਾ ਤੁਹਾਨੂੰ ਬਹੁਤ ਔਖਾ ਇੱਕ ਸਕਿੰਟ ਲਈ ਨੀਲ ਗਰਗ ਜੀ ਨੂੰ ਇੱਕ ਸਟੇਟਮੈਂਟ ਦੇਣੀ ਚਾਹੁੰਦਾ ਇੱਕ ਉਹਨਾਂ ਦੀ ਇਬਰਾਹਿਮ ਲਿੰਕਨ ਦੀ ਆ ਬੜੀ ਇੰਪੋਰਟੈਂਟ ਆ ਬੜੀ ਸਿਗਨੀਫੀਕੈਂਟ ਆ ਇਨ ਦਿਸ ਕੰਟੈਕਸਟ ਯੂ ਕੈਨ ਬਿਫੂਲ ਹਾਫ ਆਫ ਦੀ ਪੀਪਲ ਹੋਲ ਆਫ ਦਾ ਟਾਈਮ whole of the people half of the time but not whole of the people whole of the time garg ji not whole of the people whole of the time maaf karna moral ethical gal hai ਆਰਗੂਮੈਂਟ ਨਾਲ ਬੀਟ ਨਹੀਂ ਹੁੰਦੀ ਇਹ ਐਕਸ਼ਨ ਨਾਲ ਬੀਟ ਹੁੰਦੀ ਡਾਕਟਰ ਸਾਹਿਬ ਇਹ ਗੱਲ ਸਾਰਿਆਂ ਦੀ ਲਾਗੂ ਹੁੰਦੀ ਨਹੀਂ ਨਹੀਂ ਇਹ ਗੱਲ ਤੁਹਾਡੇ ਤੇ ਵੀ ਲਾਗੂ ਹੋ ਰਹੀ ਹੈ ਅਸੀਂ ਇੱਕ ਚੀਜ਼ ਗੱਲ ਕਰ ਰਹੇ ਹਾਂ ਤੁਹਾਡੇ ਤੇ ਹੀ ਲਾਗੂ ਹੋ ਰਹੀ ਅਸੀਂ ਚੀਜ਼ ਮੈਂ ਫਿਰ ਤੁਹਾਨੂੰ ਇੱਕ ਗੱਲ ਲਾਸਟ ਗੱਲ ਐਡ ਕਰ ਲੈਂਦੇ ਹਾਂ ਡਾਕਟਰ ਸਾਹਿਬ ਜੀ ਤੁਸੀਂ ਇਦਾਂ ਕਹਿ ਦੋ ਮੈਨੂੰ ਬਹੁਤ ਅੱਛਾ ਲੱਗੂਗਾ ਵੀ ਜਿਵੇਂ ਬਾਕੀ ਪਾਰਟੀਆਂ ਸੀ ਅਸੀਂ ਵੀ ਉਵੇਂ ਹੀ ਹੋਗੇ ਨਹੀਂ ਨਹੀਂ ਉਦੋਂ ਵੀ ਘਟ ਗਏ ਕਿਵੇਂ ਹੋ ਗਏ ਅਸੀਂ ਸਾਡਾ ਸਟੈਂਡ ਬਿਲਕੁਲ ਕਲੀਅਰ ਹੈਗਾ ਨਹੀਂ 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 ਦੇਖੋ ਬੀਜੇਪੀ ਨੂੰ ਮੈਂ ਇਸ ਗੱਲ ਦੀ ਕ੍ਰਿਟਿਸਾਈਜ਼ ਨਹੀਂ ਕਰਦਾ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਡੇ 1 ਤੋਂ ਇਹ ਪਲਾਨ ਹੈ ਡਿਮਾਂਡ ਜਿਹੜੀ ਹੈ ਸਾਡੀ ਹੋਰ ਤੁਹਾਡੇ ਚੈਨਲ ਦੇ ਥਰੂ ਕਰਨੀ ਚਾਹੁੰਦੇ ਆ ਜਦੋਂ ਤੁਸੀਂ ਮੈਂ ਇਹੀ ਗੱਲ ਕਹਿ ਰਿਹਾ 370 ਦੇ ਹਟਾਉਣ ਦੇ ਹੱਕ ਜ਼ਰੂਰ ਆ ਪਰ ਮਿਨੋਰਟੀ ਦੇ ਨਾਲ ਖੜਿਆ ਕਿਸੇ ਵਾਇਲੇਸ਼ਨ ਜਿਹੜੀ ਹੈ ਜਿਹੜੀ ਕਿ ਤੁਸੀਂ ਇਸ ਤਰੀਕੇ ਦੇ ਵੀ ਹੱਕ ਵਿੱਚੋਂ ਜਿਹੜੇ ਤਰੀਕੇ ਨਾਲ ਧਾਰਾ 370 ਤਰੀਕੇ ਡਿਬੇਟ ਹੋ ਸਕਦਾ ਤਰੀਕੇ ਦੇ ਡਿਬੇਟ ਹੋ ਸਕਦੀ ਹੈ ਪਰ ਅਸੀਂ ਮੇਰਾ ਇਹ ਜਿਹੜੀ ਧਾਰਾ 370 ਨੂੰ ਨਾ ਇਹਨੂੰ ਆਈਸੋਲੇਟ ਢੰਗ ਨਾਲ ਨਾ ਲਓ ਨਾ ਹੀ ਤੁਸੀਂ ਕੈਪਟਨ ਸਾਹਿਬ ਦੇ ਬਿਆਨ ਨੂੰ ਆਈਸੋਲੇਟਡ ਢੰਗ ਨਾਲ ਲਓ ਇਹਦੇ ਜਿਹੜੇ ਰੈਪਰਕਸ਼ਨ ਆਉਣ ਵਾਲੇ ਸਮੇਂ 'ਚ ਸਮੁੱਚੇ ਦੇਸ਼ ਲਈ ਔਰ ਖਾਸ ਕਰ ਘੱਟ ਗਿਣਤੀਆਂ ਲਈ ਸਾਊਥ ਲਈ ਨੌਰਥ ਈਸਟ ਲਈ ਹੋਣ ਵਾਲੇ ਆ ਉਹਦੀ ਚਿੰਤਾ ਇੱਥੇ ਸਾਨੂੰ ਜ਼ਾਹਰ ਕਰਨੀ ਚਾਹੀਦੀ ਔਰ ਉਹਦੇ 'ਤੇ ਸਾਨੂੰ ਚਿੰਤਨ ਵੀ ਕਰਨਾ ਚਾਹੀਦਾ ਲਗਾਤਾਰ ਕੀ ਹੋ ਰਿਹਾ NIA ਸਟਰੋਂਗ ਕੀਤੀ ਹੁਣੇ ਅਮੈਂਡਮੈਂਟ ਕੀਤੀ ਆ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ CBI ਨੂੰ ਕਿਵੇਂ ਕੰਟਰੋਲ ਕੀਤਾ ਆਪਣੇ ਹੱਥ ਵਿੱਚ ਇਸੇ ਤਰ੍ਹਾਂ ਜਿਹੜਾ UAPA ਵਾਲਾ ਜਿਹੜਾ ਆ ਅਨਲਾਫੁਲ ਐਕਟੀਵਿਟੀਜ਼ ਵਾਲਾ ਬਿੱਲ ਹੈ ਪ੍ਰੀਵੈਂਸ਼ਨ ਐਕਟ ਉਸ ਨੂੰ ਸਿੱਧਾ ਤੁਸੀਂ ਕਿਸੇ ਵੀ ਆਦਮੀ ਨੂੰ ਟੈਰਰਿਸਟ ਕਰਾਰ ਦੇ ਸਕਦੇ ਆ ਫੜ ਕੇ ਉਹਦੀ ਸਟੇਟ ਦੀ ਬਿਨਾਂ ਪੁੱਛਿਆਂ ਤੁਸੀਂ ਉਹਦੀ ਪ੍ਰੋਪਰਟੀ ਜ਼ਬਤ ਕਰ ਸਕਦੇ ਆ ਸਭ ਤੋਂ ਘਾਤਕ RTI ਨੂੰ ਕਮਜ਼ੋਰ ਕੀਤਾ ਗਿਆ RTI ਨੂੰ ਜਿਹੜਾ ਉਹਦਾ ਕਮਿਸ਼ਨਰ ਹੈ ਆਪਣੇ ਥੱਲੇ ਲੈ ਲਿਆ ਗਿਆ ਤੁਸੀਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਕੀਤਾ ਕੀ ਜਾ ਰਿਹਾ ਲਗਾਤਾਰ ਜਿਹੜੇ ਐਕਟ ਧੜਾ ਧੜ ਪਾਸ ਕੀਤੇ ਜਾ ਰਹੇ ਆ ਪਿਛਲੇ ਤੋਂ ਲੈ ਕੇ ਇਹਨਾਂ ਦੀ ਟਨਿਊਰ ਤੋਂ ਅਤੇ ਹੁਣ ਤੱਕ ਆਉਣ ਵਾਲੇ ਇੱਕ ਅੱਧਾ ਸੈਸ਼ਨ ਹੋਰ ਚੱਲੂ ਤਾਂ ਤੁਹਾਨੂੰ ਸਾਰੇ ਰੰਗ ਜਿਹੜੇ ਆ ਨਾ ਐਨ ਸਾਫ਼ ਦੇਖਣ ਲੱਗ ਜਾਂਦੇ ਜਿੱਦਣ ਤੁਸੀਂ ਇੱਥੇ ਚੈਨਲਾਂ 'ਤੇ ਬੋਲਣ ਜੋਗੇ ਵੀ ਨਹੀਂ ਰਹੋਗੇ ਅੱਜ ਤੁਸੀਂ ਬੋਲ ਕੇ ਕੰਡੈਮ ਕਰ ਰਹੇ ਹਾਂ ਉਹ ਵੀ ਐਕਟ ਆ ਜਾਣਗੇ ਕਿ ਅਸੀਂ ਕਿਵੇਂ ਮੀਡੀਆ ਨੂੰ ਰੈਗੂਲੇਟ ਕਰਨਾ ਕੀ ਬੋਲਣ ਦੇਣਾ ਕੀ ਨਹੀਂ ਬੋਲਣ ਦੇਣਾ ਮੈਂ ਕਨਫਿਊਜ਼ ਨਜ਼ਰ ਆ ਰਿਹਾ ਤੁਸੀਂ ਤਾਂ ਡਰਾ ਰਹੇ ਹੋ ਮੈਨੂੰ ਪ੍ਰਸਮਜੀਤ ਸਿੰਘ ਸਵਾਲ ਬੜਾ ਸਧਾਰਨ ਹੈਗਾ ਜੰਮੂ ਕਸ਼ਮੀਰ ਦਾ ਜਿਹੜਾ ਫੈਸਲਾ ਹੋਇਆ ਇਹਦੇ 'ਤੇ ਗੈਰ ਭਾਜਪਾਈ ਸੂਬੇ ਆ ਜਿਹੜੇ ਉਹ ਵੰਡੇ ਕੋ ਨਜ਼ਰ ਆਏ ਆ ਉਹ ਦੇਖੋ ਜਿਹੜੇ ਆ ਉਹ ਮੌਕਾ ਪ੍ਰਸਤੀ ਕਰਕੇ ਵੰਡੇ ਆ ਰਹੇ ਆ ਜੇ ਤੁਸੀਂ ਜੇ ਉਹ ਮੌਕਾ ਪ੍ਰਸਤੀ ਕਿਵੇਂ ਮੰਨਦੇ ਹੋ ਮੌਕਾ ਸਟਾਲਿਨ ਕੀ ਬੋਲਿਆ DMK ਦਾ ਉਹ ਥੋੜੀ ਬੋਲਿਆ ਜਿਹੜੇ ਬੰਦੇ ਕਮਿਟਡ ਆ ਆਪਣੇ ਲੋਕਾਂ ਲਈ ਕਮਿਟਡ ਇਹ ਟੈਸਟ ਵੀ ਹੈਗਾ ਆ ਕਿ ਕਿੰਨੇ ਕੁ ਤੁਸੀਂ ਵਿਕੇ ਹੋਏ ਆ ਜੋ ਮਮਤਾ ਬੈਨਰਜੀ ਦਾ ਸਟੈਂਡ ਹੈ ਜੋ ਅਰਵਿੰਦ ਕੇਜਰੀਵਾਲ ਦਾ ਸਟੈਂਡ ਹੈ ਜੋ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਹੈ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਨਹੀਂ ਦੇਖੋ ਜਿਹੜਾ ਕੈਪਟਨ ਸਾਹਿਬ ਦਾ ਆ ਉਹ ਆਪਣੇ ਦੇਖ ਰਿਹਾ ਕਿ ਮੇਰੇ ਇੱਥੇ ਕਿਸ ਕਿਸਮ ਦਾ ਮਾਹੌਲ ਹੈਗਾ ਆ ਤੁਹਾਨੂੰ ਪਤਾ ਉਹਨਾਂ ਨੇ ਆਪਰੇਸ਼ਨ ਉਹ ਜਿਹਨੂੰ ਆਪਾਂ ਬਲੂ ਸਟਾਰ ਕਹਿੰਦੇ ਹਾਂ ਜਾਂ ਜਿਹੜਾ ਵੀ ਉੱਥੇ ਗੁਰਮੰਦਰ ਸਾਹਿਬ 'ਤੇ ਹਮਲਾ ਹੋਇਆ ਉਦੋਂ ਵੀ ਉਹਨਾਂ ਨੇ ਆਪਣਾ ਰਿਜ਼ਾਈਨ ਦਿੱਤਾ ਸੀਗਾ ਇਹਦੇ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੇ ਕੱਲ ਨੂੰ ਕਿਵੇਂ ਇੱਥੇ ਹਮਲੇ ਹੋਣ ਦੀ ਉਹਨਾਂ ਨੇ ਉਸ ਰੂਪ 'ਚ ਦਿੱਤਾ ਉਹਨਾਂ ਐਜ਼ ਕਾਂਗਰਸ ਬਿਆਨ ਨਹੀਂ ਦਿੱਤਾ ਹੈਗਾ ਇਹ ਜਿਹੜਾ ਸਾਨੂੰ ਪੰਜਾਬ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਬਿਆਨ ਦਿੱਤਾ ਬਿਲਕੁਲ ਪਰ ਹਰਿਆਣੇ 'ਚ ਕਾਂਗਰਸ ਨੇ ਬਿਲਕੁਲ ਉੱਥੇ ਦੀ ਸਿਚੁਏਸ਼ਨ ਨੂੰ ਦੇਖ ਕੇ ਦੂਸਰਾ ਬਿਆਨ ਦਿੱਤਾ ਪਾਰਲੀਮੈਂਟ 'ਚ ਕੁਛ ਵੀ ਇਸ ਕਰਕੇ ਇਹੀ ਗੱਲ ਹੈ ਸਾਰੀ ਕਿ ਮੇਰਾ ਇੰਨਾ ਹੀ ਕਹਿਣਾ ਆ ਕਿ ਜਿਹੜੇ ਸਮੁੱਚੇ ਹਾਲਾਤ ਦੇਸ਼ ਦੇ ਅੰਦਰ ਘਾਤਕ ਹਾਲਾਤ ਔਰ ਇੱਕ ਫਾਸਿਸਟ ਹਾਲਾਤ ਪੈਦਾ ਕੀਤੇ ਜਾ ਰਹੇ ਆ ਉਹਦੀ ਚਿੰਤਾ ਵੀ ਕਰੋ ਨਾਲ ਠੀਕ ਹੈ ਸੁਨਾਰੇ ਸਾਹਿਬ ਹੁਣ ਇਹਦੇ 'ਤੇ ਤੁਹਾਨੂੰ ਕੁਝ ਜਿਹੜੇ ਸਿਆਸੀ ਜਾਣਕਾਰ ਉਹ ਕ੍ਰੈਡਿਟ ਵੀ ਦੇਣਗੇ ਕਿ ਤੁਸੀਂ ਵਿਰੋਧੀਆਂ ਨੂੰ ਵੀ ਵੰਡ ਦਿੱਤਾ ਸੁਨਾਰੇ ਸਾਹਿਬ ਸੁਨਾਰੇ ਸਾਹਿਬ ਇੱਕ ਮਿੰਟ ਸਵਾਲ ਤਾਂ ਸੁਣ ਲਓ ਪੂਰਾ ਦੂਜੇ ਪਾਸੇ ਨਾਲ ਉਹੀ ਚਿੰਤਕ ਇਹ ਸਵਾਲ ਵੀ ਕਰਦੇ ਪਏ ਹੈ ਕਿ ਤੁਸੀਂ ਦੇਸ਼ ਨੂੰ ਵੰਡਣ ਦੀ ਸਿਆਸਤ ਕਰਦੇ ਪਏ ਹੋ ਕਿਹੜਾ ਸਵਾਲ ਆ ਜਿਹੜਾ ਤੁਹਾਨੂੰ ਜ਼ਿਆਦਾ ਬਿਹਤਰ ਲੱਗਦਾ ਦੇਖੋ ਸਾਹਿਬ ਜਦੋਂ ਦੋਨੋਂ ਹੀ ਸਵਾਲ ਤੁਹਾਡੇ ਜਿਹੜੇ ਨੇ ਹੁਣ ਅਸੀਂ ਤਾਂ 4 ਪੈਨਲਿਸਟ ਇੱਥੇ ਬੈਠੇ ਨੇ ਪਿਛਲੇ 12 ਔਰ 13 ਘੰਟੇ ਜਿਹੜਾ ਡੈਮੋਕ੍ਰੇਸੀ ਦਾ ਮੰਦਿਰ ਹੈ ਉੱਥੇ ਸਾਰੇ ਲੋਕ ਆਪਣੇ ਆਪਣੇ ਪੂਰੇ ਟਾਈਮ ਦੇ ਨਾਲ ਡਿਸਕਸ ਕਰਨੇ ਆ ਨੇ
हुण प्रोफेसर ढिल्लों साहब मैं बड़े मान मेरे मानयोग्य दोस्त ने यह डेमोक्रेसी की दुहाई दे रहे ने कि जो जो असी इलैक्शन जीत जाते हैं तो कहते झूठे वायदे करके जीत गए हूँ डेमोक्रेसी कोई एम पी वोट देता कहता वो दे बेटे जेल में डालना चाह रहे थे हूँ मनजीत जी कहें जी एन आई ए स्ट्रोंग करता वो भाई मस ये जरा एन आई पहले होंगी तो मजर असू मसूद जोड़ा है ना उत्थे भागदा ना फिर हाले तो साढ़े कब्जे में हों मैं कहना चाहता कि पार्लियामेंट की डिबेट ये मेरे साथी जो सुन लेंगे राज्यसभा 13 घंटे डिबेट चली है साहब कोई अचानक नहीं होया मैं पूछ रहा ढिल्लों साहब दसना चाहता हाँ कि कोई बंदूक लेके नहीं बैठा सी कि ਤੁਸੀਂ ਇਹਨਾਂ ਨੂੰ ਡਿਬੇਟ ਉਦੋਂ ਹੋਈ ਹੈ ਜਦੋਂ ਫੈਸਲਾ ਹੋ ਚੁੱਕਿਆ ਸੀ ਕਿਉਂ ਕਿ ਡਿਬੇਟ ਉਦੋਂ ਹੋਈ ਹੈ ਜਦੋਂ ਫੈਸਲਾ ਹੋ ਚੁੱਕਿਆ ਜੇ ਤੁਸੀਂ ਵੀ ਕਹਿੰਦੇ ਕੱਲ ਹੋ ਗਈ ਕੋਈ ਫੈਸਲਾ ਦੇਖੀਏ ਇਹ ਜਿਹੜਾ 370 ਨੂੰ ਤੁਸੀਂ ਖਾਲੀ ਜ਼ਮੀਨ ਨਾਲ ਜੋੜ ਕੇ ਦੇਖ ਕਰਕੇ ਚੱਲ ਰਹੇ ਹੋ ਸਿਆਸੀ ਜ਼ਮੀਨ ਨਾਲ ਜੋੜ ਲੈਣੇ ਆ ਨਹੀਂ ਨਹੀਂ ਹਾਂ ਮੈਂ ਸਿਆਸੀ ਜ਼ਮੀਨ ਨਾਲ ਜੋੜੀਏ ਜੋੜੀਏ ਮੈਂ ਪੁੱਛਣਾ ਚਾਹੁੰਦਾ ਪੈਨਲਿਸਟ ਤੇ ਚਲੋ ਪਾਰਲੀਮੈਂਟ ਤੋਂ ਜੋ ਕੁਝ ਕਰ ਲਿਆ ਉਹਨੇ ਕਰ ਲਿਆ ਇਹ 370 ਨਾਲ ਮੈਨੂੰ ਇੱਕ ਫਾਇਦਾ ਗਿਣਾ ਦਿਓ ਜੋ ਕਸ਼ਮੀਰ ਤੇ ਹੋਇਆ ਹੋਏ ਤਾਂ ਉਹ ਮੈਨੂੰ ਦੱਸ ਕੋਈ ਵੀ ਚਲੋ ਤੁਸੀਂ ਇੱਕ ਫਾਇਦਾ ਗਿਣਾ ਦਿਓ ਕਿ ਧਾਰਾ 370 ਦੇ ਨਾਲ ਕਸ਼ਮੀਰ ਚ ਕੀ ਫਾਇਦਾ ਹੋਵੇਗਾ ਯੈਸ ਬੜਾ ਅੱਛਾ ਸਾ ਯੈਸ ਇੱਕ ਨਹੀਂ ਜੇ ਮੈਂ ਗਿਣੂਗਾ ਤਾਂ ਮੇਰੇ ਨੂੰ ਬਹੁਤ ਟਾਈਮ ਕੋਈ ਨਹੀਂ ਲੈ ਲਓ ਟਾਈਮ ਯੈਸ ਯੈਸ ਮੈਂ ਬੋਲ ਦੇਖੋ ਜੀ 370 ਹਟਦੇ ਹੀ ਜੋ ਹਟ ਗਈ ਹੁਣ भारत वर्ष दे सारे कानून जो उथे नहीं लग रहे सी वो लग गए चलो एक मिनट नंबर 1 जेड़ा जमीन दी गल तुसी जोर जोर नाल 6 साल तो 5 साल हो जाऊगा कार्यकाल हां चलो चलो वो तो मैं ओन जमीन जेड़ी है तुसी भी खरीद बड़े बड़े इंडस्ट्रीज उसे जमीन खाली दी इंदे विच सवाल हैगा कि कॉर्पोरेट्स नु फायदा देना नहीं कॉर्पोरेट क्यों खाली कॉर्पोरेट नु क्यों कहदे तुसी भी कॉर्पोरेट अब मेरे कोल पैसा होगा मैं जाके मेरे को तो इत्थे नहीं लैन जोगे पैसे हैगे जेड़े डॉक्टर कश्मीर दी गल करदे मैं कश्मीर दी गल कर रहा हां तुसी नहीं तुसी ना बड़ी साधारण गल है मैं वो ना आम लोकां वरगा हां बड़ी सीधी गल पर मैं तो खरीद सकता मैं कर्जा जाके लूंगा जदों भी लूंगा मैं केपी जी पहली गल इना दी बड़ी इंपॉर्टेंट है देखिए मंजीत जी हुण सुनो मेरी गल फायदे जेडे डॉक्टर उत्थे नहीं जाते ट्रीटमेंट नहीं होंदा लोग मर जाते हैं हुण डॉक्टर मेरे डॉक्टर पहले साडी इंडियन मेडिकल एसोसिएशन उत्थे नहीं होंदी सी ओ पुछदे तुसी इंडिया तो आए हो हुण ਇਦਾਂ ਦੀ ਹੁਣ ਜਿਹੜੀ ਉਹ ਟੂਰਿਜ਼ਮ ਉੱਥੇ ਬੜੇ ਹੋਟਲ ਬਣੂਗੇ ਇੱਕ ਲਲੀ ਟੋਟੋ ਟੂਰਿਜ਼ਮ ਟੂਰਿਜ਼ਮ ਦੀ ਗੱਲ ਜਿਹੜੀ ਮੈਂ ਨਾਲ ਸ਼ੰਕੇ ਵੀ ਦੱਸ ਸਕਦਾ ਹਾਂ ਦੱਸਦੇ ਜਾਓ ਮੈਂ ਟੂਰਿਜ਼ਮ ਇੰਡਸਟਰੀ ਹੈ ਕਹਿੰਦੇ ਤਬਾਹ ਹੋ ਜੂਗੀ ਇਸ ਤੋਂ ਬਾਅਦ ਨਾ ਨਾ ਇਹ ਤਾਂ ਕਹਿਣ ਵਾਲੇ ਉਹ ਜਿਹੜੇ ਬਿਲਕੁਲ ਕਾਲਾ ਚਸ਼ਮਾ ਲਾ ਕੇ ਬੈਠੇ ਨੇ ਉਹ ਕਹਿ ਰਹੇ ਨੇ ਜਿੱਥੇ ਹੋਰ ਬੜੇ ਹੋਟਲ ਬਣੂਗੇ ਜਿੱਥੇ ਡੋਰ ਜਿਹੜੇ ਲੋਕਾਂ ਨੂੰ ਮਿਲੇਗਾ ਕੰਮ ਮਿਲੂਗਾ ਉਹ ਇੰਡਸਟਰੀ ਖਤਮ ਹੋ ਜਾਊਗੀ ਅਫਗਾਨਿਸਤਾਨ ਬਣੂਗਾ ਨਿਆ ਸਾਹਿਬ ਕਸ਼ਮੀਰ ਨਿਆ ਅਫਗਾਨਿਸਤਾਨ ਬਣ ਜਾ ਰਿਹਾ ਔਰ ਜਿਹੜੇ ਉੱਥੋਂ ਵਿਹਲੇ ਲੋਕ ਹੋ ਗਏ ਆ ਆਵਾਜ਼ ਬੋਲ ਰਹੇ ਨੇ ਕਿ ਤੇ ਹਾਥ ਤੁਸੀਂ ਦੇਖ ਲਿਓ ਬੋਡੀ ਜਲ ਜਾਊਗੀ ਸਾਰੀ ਤੁਸੀਂ ਦੇਖ ਲਿਓ ਇਹ ਫਤ ਅਬਦੁੱਲਾ ਜੋ ਹੁਣ ਛੱਤੇ ਤੁਸੀਂ ਦਿਖਾ ਰਹੇ ਹੋ ਉਹ ਕਹਿ ਰਹੇ ਸੀ ਖੂਨ ਦੀ ਨਦੀਆਂ ਤੋਂ ਮੰਨ ਚਲੋ ਮੈਂ ਇੱਕ ਹੋਰ ਛੋਟਾ ਵਕਫਾ ਲੈਣਾ ਖੋ ਛੋਟਾ ਸਾਰੇ ਪੱਖ ਸੁਣਨੇ ਜ਼ਰੂਰੀ ਹੈਗੇ ਆ ਸਾਰੇ ਪੱਖ ਸੁਣਾਂਗੇ ਤਾਂ ਹੀ ਸਮਝ ਆਏਗਾ ਕਿ ਸੰਗੀ ਢਾਂਚੇ ਤੇ ਅਸਰ ਕੀ ਹੋਣ ਜਾ ਰਿਹਾ ਹੈਗਾ ਸਵਾਲ ਬੜੇ ਮਹੱਤਵਪੂਰਨ ਹੈਗੇ ਮੈਂ ਹਰ ਸਵਾਲ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੈਗੇ ਆ ਉਹ ਸਾਰੇ ਸਵਾਲ ਮੈਂ ਪੁੱਛੂਗਾ ਜ਼ਰੂਰ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਵੀ ਪੁੱਛੂਗਾ ਹਾਲਾਂਕਿ ਜਦੋਂ ਮੈਂ ਬ੍ਰੇਕ ਲੈਣੀ ਹੁੰਦੀ ਉਦੋਂ ਵੀ ਚਰਚਾ ਚੱਲਦੀ ਰਹਿੰਦੀ ਹੈ ਬ੍ਰੇਕ ਵਿੱਚ ਵੀ ਚਰਚਾ ਹੋਵੇਗੀ ਜ਼ਰੂਰ ਜਿਹੜੇ ਬ੍ਰੇਕ ਵਿੱਚ ਸਵਾਲ ਚੁੱਕੇ ਜਾਂਦੇ ਆ ਮੈਂ ਉਹ ਵੀ ਲੈ ਕੇ ਆਉਂਗਾ ਜ਼ਰੂਰ ਅਸੀਂ ਸਵਾਲ ਇਹ ਪੁੱਛ ਰਹੇ ਹਾਂ ਜੰਮੂ ਕਸ਼ਮੀਰ ਦੇ ਕੇਂਦਰੀ ਫੈਸਲੇ ਤੇ ਗੈਰ ਭਾਜਪਾਈ ਸੂਬੇ ਵੰਡੇ ਕਿਉਂ ਗਏ ਪੈਨਲ ਸਾਡਾ ਮੌਜੂਦ ਹੈਗਾ ਮੈਂ ਤੁਹਾਨੂੰ ਗੱਲ ਕਹੀ ਸੀ ਬ੍ਰੇਕ ਵਿੱਚ ਵੀ ਕੋਈ ਸਵਾਲ ਉੱਠਦੇ ਰਹਿੰਦੇ ਹੈਗੇ ਆ ਬ੍ਰੇਕ ਵਿੱਚ ਮਨਿਓਰਟੀ ਦੀ ਗੱਲ ਹੋ ਰਹੀ ਸੀ ਮੈਜੋਰਟੀ ਦੀ ਗੱਲ ਹੋ ਰਹੀ ਸੀ ਮੈਂ ਉਹ ਸਵਾਲ ਵੀ ਲੈ ਕੇ ਆਊਂਗਾ ਜ਼ਰੂਰ ਪ੍ਰਸਮਜੀਤ ਸਿੰਘ UNHRC ਦੀ ਇੱਕ ਰਿਪੋਰਟ ਆਉਂਦੀ ਹੈਗੀ ਆ ਉਸ ਰਿਪੋਰਟ ਤੋਂ ਬਾਅਦ ਇਸ ਮੁਲਕ ਵਿੱਚ ਸਿਆਸਤ ਵੀ ਹੁੰਦੀ ਹੈ ਸਰਹੱਦ ਪਾਰ ਦੀ ਵੀ ਗੱਲ ਕਰਨੀ ਪਊਗੀ ਕਿ ਪਾਕਿਸਤਾਨ ਦੀ ਗੱਲ ਇੱਥੇ ਲਾਜ਼ਮੀ ਹੋ ਜਾਂਦੀ ਹੈ ਇਸ ਮੁੱਦੇ 'ਤੇ ਪਾਕਿਸਤਾਨ ਇਸ ਮਾਮਲੇ 'ਤੇ ਜੁਆਇੰਟ ਸੈਸ਼ਨ ਸੱਦਦਾ ਪਾਕਿਸਤਾਨ ਦੇ ਵੱਲੋਂ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਉਹ ਇਹ ਜਾਣਕਾਰੀ ਮਿਲੀ ਕਿ ਉਹ ਮਾਮਲਾ UN ਕੋਲ ਉਠਾਉਣਗੇ ਇੱਕ ਸਵਾਲ ਇਹ ਆ ਰਿਹਾ ਸੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਜਾਇਆ ਜਾਵੇਗਾ ਇੱਕ ਸਵਾਲ ਇਹ ਆ ਰਿਹਾ ਸੀਗਾ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਸਵਾਲ ਇਹ ਹੈਗਾ ਇਹ ਮੁਲਕ ਦਾ ਇੰਟਰਨਲ ਮਾਮਲਾ ਹੈਗਾ ਇਸ 'ਤੇ UN ਕੀ ਕਰ ਸਕਦਾ ਸਾਡੇ ਇੱਥੋਂ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਉਹ ਕੀ ਕਰ ਸਕਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਜਿਹੜੇ ਜਿੰਨਾ ਦੁੱਖ ਅਸੀਂ ਕਸ਼ਮੀਰ ਦਾ ਪੰਜਾਬੀ ਸਮਝ ਸਕਦੇ ਹਾਂ ਉਹ ਦੇਸ਼ ਦੇ ਵਿੱਚ ਸ਼ਾਇਦ ਬੰਗਾਲੀਆਂ ਨੂੰ ਛੱਡ ਕੇ ਹੋਰ ਕੋਈ ਨਾ ਸਮਝ ਸਕਦਾ ਯਾਨੀ ਕਿ ਬੰਗਾਲ ਪੰਜਾਬ ਤੇ ਕਸ਼ਮੀਰ ਉਸ ਇਸ਼ੂ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ ਜੋ 47 ਵਿੱਚ ਉਹਦਾ ਵੰਡ ਹੋਈ ਹੈ ਜਿਨ੍ਹਾਂ ਦੇ ਇਹ ਇੱਕ ਆਰਗੈਨਿਕ ਇਤਿਹਾਸ ਨੂੰ ਵੰਡ ਕੇ ਰੱਖ ਦਿੱਤਾ ਇਸ ਕਰਕੇ ਜੋ ਅੱਧਾ ਕਸ਼ਮੀਰ ਉੱਧਰ ਅੱਧਾ ਕਸ਼ਮੀਰ ਇੱਧਰ ਕਾਰਨ ਉਹਦੇ ਰਾਜਨੀਤਿਕ ਹੀ ਆ ਆਪਾਂ ਹੀ ਵੰਡ ਪਾਈ ਆ ਪੰਜਾਬ ਅੱਧਾ ਉੱਧਰ ਅੱਧਾ ਇੱਧਰ ਜਿਨ੍ਹਾਂ ਦੇ ਦਿਲ ਰੋਂਦੇ ਉਹਨਾਂ ਨੂੰ ਪਤਾ ਇਸ ਕਰਕੇ ਉੱਧਰ ਹੁਣ ਇੱਕ ਨਵੀਂ ਪੋਲਿਟਿਕਸ ਸ਼ੁਰੂ ਹੋ ਜੂਗੀ ਉਹਨਾਂ ਦੇ ਕੱਲ੍ਹ ਮੈਂ ਡੌਨ ਵਗੈਰਾ ਸਾਰਾ ਪੜ੍ਹ ਰਿਹਾ ਸੀ ਪਾਕਿਸਤਾਨ ਰੇਡੀਓ ਵੀ ਸੁਣ ਰਹੇ ਜਿਹੜਾ ਉਹਨਾਂ ਦਾ TV ਸੁਣ ਰਹੇ ਸੀ ਅਤੇ ਉਹਦੇ 'ਚ ਇਹ ਕਾਫੀ ਇਸ ਗੱਲ ਦਾ ਹੱਲਾ ਗੁੱਲਾ ਹੋਇਆ ਕਿ ਇਹ ਕੀ ਹੋਇਆ ਔਰ ਉਹ ਕਹਿ ਰਹੇ ਆ ਕਿ ਇਹ ਤਾਂ ਇਕੱਲਾ
म्यूचुअली साडा समझौते नहीं सी पाकिस्तान ते हिंदुस्तान दे समझौते कश्मीर बारे नहीं सी उहदे च यूनाइटेड नेशंस भी इनवॉल्वड सी ये इंटरनेशनल मामला उत्थे उहनां दे पाकिस्तान नूं क्यों टेंशन है पाकिस्तान नूं क्यों टेंशन है पाकिस्तान देखो पाकिस्तान क्यों नहीं टेंशन होगी अद्धा कश्मीर उधर अद्धा कश्मीर इधर हैगा तो और असी क्लेम करते असी क्लेम करते ये सारा चलो जब मैं उस सवाल ती वेजा पाकिस्तान इंडिया ने जो दो समझौते किए थे कि उन्होंने दोनों देशों ने इंप्लीमेंट किए नहीं नहीं मेरी गल मेरा तो साफ हैगा आ कि जेड़ा एलओसी जेड़ा बन गया जिन्हों असी मान लिया जेड़ा आज तक मन्या होया समझौता तो ये होया सी कि असी क्रॉस फायर नहीं करांगे ये भी समझौता नहीं वो लगातार देखो 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 वो दोवे वो जेड़े दोवे देशां दे विच आण सिखावें रिश्ते होण करके इधर भी फौजी मारे उधर मारे वो बड़ी माड़ी गल आ वो तो बंद होना चाहिए बिल्कुल कहने कि असी तो यह कहने के बिल्कुल दोस्ताना रिलेशन होने चाहिए मुल्कां दे बशिंदे ओ सेफ रहण दोनों ਬਿਲਕੁਲ ਬਿਲਕੁਲ ਦੋਸਤਾਨਾ ਅਸੀਂ ਲੜਾਈ ਦੇ ਬਿਲਕੁਲ ਹੱਕ 'ਚ ਨਹੀਂ ਭਾਵੇਂ ਉਹ ਫੌਜੀ ਮਾਰਦੇ ਆ ਭਾਵੇਂ ਸਿਵਲੀਅਨ ਮਾਰਦੇ ਆ ਕੋਈ ਵੀ ਮਾਰਦੇ ਅਸੀਂ ਬਿਲਕੁਲ ਉਹਦੇ ਹੱਕ 'ਚ ਨਹੀਂ ਹੈਗੇ ਅਸੀਂ ਬਿਲਕੁਲ ਸ਼ਾਂਤੀ ਚਾਹੁੰਦੇ ਹਾਂ ਪਰ ਜਿਸ ਤਰੀਕੇ ਨਾਲ ਇਹ ਧਾਰਾ 370 ਦਾ ਹੁਣ ਉੱਥੇ ਰਿਐਕਸ਼ਨ ਹੋਣ ਜਾ ਰਿਹਾ ਮੈਂ ਤੁਹਾਨੂੰ ਸਾਫ਼ ਦੱਸਦਾ ਕਿ ਉੱਥੇ ਜਿਹੜੇ ਉੱਥੋਂ ਸਾਰੇ ਅਫਗਾਨਿਸਤਾਨ ਤੋਂ ਜਿਹੜੇ ਵਿਹਲੇ ਤਾਲਿਬਾਨ ਹੋਣਗੇ ਹੋਰ ਹੋਣਗੇ ਜਿਹੜਾ ਜਾਂ ਕੁਛ ਇਹਨਾਂ ਦੇ ਆਪਣੇ ਬਥੇਰੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਇੱਥੇ ਜੋ ਪਾਕਿਸਤਾਨ ਦੀ ਹਾਲਤ ਸੀ ਉੱਥੇ ਇੱਕ ਥਿਓਕਰੈਟਿਕ ਸਟੇਟ ਬਣੀ ਆ ਉਹ ਇੱਕ ਮੁਸਲਿਮ ਸਟੇਟ ਬਣੀ ਆ ਅਸੀਂ ਇੱਕ ਇੱਥੇ ਹਿੰਦੂ ਰਾਸ਼ਟਰ ਬਣਾ ਕੇ ਉੱਧਰ ਨੂੰ ਤੇਜ਼ੀ ਨਾਲ ਵਧ ਰਹੇ ਹਾਂ ਉਸੇ ਕਿਸਮ ਦੇ ਟੈਰਰਿਸਟ ਹਰ ਸੂਬੇ ਦੇ ਵਿੱਚ ਹਰ ਕੋਨੇ ਦੇ ਵਿੱਚ ਪੈਦਾ ਕਰ ਦਾਂਗੇ ਕਿ ਜਿਹੜੇ ਲਗਾਤਾਰ ਦੇਸ਼ ਦੇ ਵਿੱਚ ਅਸ਼ਾਂਤੀ ਇੱਕ ਮਾਹੌਲ ਬਣਿਆ ਰਹੂਗਾ ਔਰ ਵਿਕਾਸ ਦਾ ਭੁੱਲ ਜਾਓ ਔਰ ਇੱਕ ਨਿੱਕੀ ਗੱਲ ਮੈਂ ਜ਼ਰੂਰ ਨਾਲੋ ਨਾਲ ਆਪਾਂ ਇੱਕ ਗੱਲ ਯਾਦ ਨਹੀਂ ਰੱਖ ਰਹੇ ਕਿ ਜਿੰਨਾ ਸਾਡਾ ਆਰਥਿਕ ਜਿਹੜਾ ਢਾਂਚਾ ਆ ਜਾਂ ਅਰਥ ਵਿਵਸਥਾ ਆ ਜ਼ਰਜ਼ਰ ਹੋ ਰਹੀ ਆ ਇਸ ਵੇਲੇ ਇਹਦੇ ਨਾਲ ਜਿਹੜੇ ਇਹ ਪ੍ਰੋਸੈਸ ਆ ਇੱਕ ਦੂਜੇ ਨੂੰ ਕੁੱਟਣ ਮਾਰਨ ਦੇ ਲੜਨ ਭਿੜਨ ਦੇ ਔਰ ਜਿਹੜੇ ਕਮਿਊਨਲਿਜ਼ਮ ਦੇ ਉਹਨੂੰ ਹੋਰ ਇੱਕ ਪੈਟਰੋਲ ਮਿਲੂਗਾ ਔਰ ਉਹ ਅੱਗ ਹੋਰ ਤੇਜ਼ੀ ਨਾਲ ਅੱਗੇ ਵਧੂ ਡਾਕਟਰ ਲੋ ਹਾਂਜੀ ਸਵਾਲ ਹੈ ਕੌਮਾਂਤਰੀ ਪੱਧਰ ਤੇ ਹਾਂਜੀ ਇਸ ਮੁੱਦੇ ਦੇ ਕੀ ਇੰਪਲੀਕੇਸ਼ਨ ਦੇਖੋ ਤੁਸੀਂ ਹੁਣ ਮਨਜੀਤ ਸਿੰਘ ਨੂੰ ਬਲੇਮ ਕੀਤਾ ਇਹਨਾਂ ਨੇ ਵੀ ਬਲੇਮ ਕੀਤਾ ਡਾਕਟਰ ਸਾਹਿਬ ਨੇ ਵੀ ਅਤੇ ਗਰਗ ਜੀ ਨੇ ਵੀ ਪਾਕਿਸਤਾਨ ਨੂੰ ਬਾਈਲੈਟਰਲ ਦਾ ਕੀ ਮਤਲਬ ਹੈ ਮੈਂ ਨੀਲ ਗਰਗ ਜੀ ਤੋਂ ਵੀ ਪੁੱਛਣਾ ਚਾਹੁੰਦਾ ਸਤਿਕਾਰਯੋਗ ਡਾਕਟਰ ਸਾਹਿਬ ਤੋਂ ਵੀ ਪੁੱਛਣਾ ਸੁਣ ਲਓ ਨਾ ਬਾਈਲੈਟਰਲ ਜੇ ਬਾਈਲੈਟਰਲ ਕਹਿੰਦੇ ਆ ਇੰਡੀਅਨ ਸਟੇਟ ਕਹਿੰਦੀ ਆ ਇੰਡੀਆ ਦੇ ਸਾਰੇ ਸਿਆਸਤਦਾਨ ਕਹਿੰਦੇ ਆ ਤਾਂ ਦੋ ਮੁਲਕਾਂ ਦੀ ਹੈ ਨਾ ਗੱਲ ਕਸ਼ਮੀਰ ਬਾਈਲੈਟਰਲ ਔਰ ਅਰੇ ਹੋਰ ਕੀ ਕਹਿ ਰਹੇ ਕੌਣ ਕਹਿ ਰਿਹਾ ਜੰਮੂ ਕਸ਼ਮੀਰ ਹਿੰਦੁਸਤਾਨ ਦਾ ਕੋਈ ਗਲਤ ਬਿਆਨ ਨਹੀਂ ਕੇਪੀ ਨਹੀਂ ਰੋਕੋ ਇਹਨੂੰ ਜੰਮੂ ਕਸ਼ਮੀਰ ਹਿੰਦੁਸਤਾਨ ਦਾ ਹੀ ਇੰਟਰਨਲ ਹੈ ਉਹ ਕੋਈ ਬਾਈਲੈਟਰਲ ਹੈ ਹੀ ਨਹੀਂ ਤੁਸੀਂ ਡਾਕਟਰ ਤੁਸੀਂ ਦਵੱਲੀ ਗੱਲਬਾਤ ਦੀ ਗੱਲ ਕਰ ਰਹੇ ਹੋ ਦਵੱਲੀ ਮੁੱਦਿਆਂ ਦੀ ਗੱਲ ਕਰ ਰਹੇ ਦਵੱਲੀ ਜਦੋਂ ਉਹਨਾਂ ਨੇ ਸਾਰੀ ਦੇਖੋ ਹੁਣ ਟਰੰਪ ਦਾ ਦੋ ਵਾਰੀ ਸਟੇਟਮੈਂਟ ਆਈ ਹੈ ਤਾਂ ਇੰਡੀਆ ਨੇ ਉਸ ਨੂੰ ਰਿਬਟ ਕੀਤਾ ਉਸ ਦੀ ਸਟੇਟਮੈਂਟ ਨੂੰ ਡਾਕਟਰ ਪ੍ਰੈਜ਼ੀਡੈਂਟ ਟਰੰਪ ਜੀ ਨੂੰ ਉਹਨਾਂ ਨੇ ਕਿਹਾ ਵੀ ਬਾਈਲੈਟਰਲ ਆ ਸਾਡਾ ਪ੍ਰੋਬਲਮ ਬਿਲਕੁਲ ਠੀਕ ਸਾਡੀ ਮਤਲਬ ਕਿਸੇ ਗੱਲ ਦੋ ਮੁਲਕਾਂ ਦਾ ਮਾਮਲਾ ਦੋ ਮੁਲਕਾਂ ਦਾ ਮਾਮਲਾ ਜਦੋਂ ਦੋ ਮੁਲਕਾਂ ਦਾ ਮਾਮਲਾ ਅਸੀਂ ਯੋਗੀ ਦੀ ਗੱਲ ਕਰੋ ਜੀ ਤੁਸੀਂ ਇਹ ਕਸ਼ਮੀਰ ਦੀ ਗੱਲ ਨਾ ਕਰੋ ਜੰਮੂ ਐਂਡ ਕਸ਼ਮੀਰ ਮਨਜੀਤ ਜੀ ਗੱਲ ਦੇਖੋ ਪ੍ਰੋਫੈਸਰ ਢਿੱਲੋਂ ਸਾਹਿਬ ਬੜੀ ਇੰਪੋਰਟੈਂਟ ਚੈਨਲ ਤੇ ਆ ਰਹੇ ਹਨ ਸਰਵਾਰੇ ਸਾਹਿਬ ਗੱਲ ਪੂਰੀ ਸੁਣ ਲਈ ਉਦੋਂ ਬਾਅਦ ਤੁਸੀਂ ਕਮੈਂਟ ਕਰ ਦਿਓ ਜੇ ਬਾਈਲੈਟਰਲ ਗੱਲ ਹੈ ਮੁੱਦਾ ਬਾਈਲੈਟਰਲ ਹੈ ਆਟੋਮੈਟਿਕਲੀ ਪਾਕਿਸਤਾਨ ਇਜ਼ ਇਨਵੋਲਵਡ ਇਨ ਦੈਟ ਸੋ ਇਸ ਕਰਕੇ ਮਨਜੀਤ ਨੂੰ ਨਹੀਂ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਇਹ ਮੰਨਦੇ ਨਹੀਂ ਨਹੀਂ ਡਟ ਲੋ ਤੁਸੀਂ ਇਹ ਮੰਨਦੇ ਹੋ ਕਿ ਜੰਮੂ ਕਸ਼ਮੀਰ ਜੋ ਭਾਰਤ ਆਪਣਾ ਦਾਵਾ ਕਰਦਾ ਨਿਕੜਵਾਂਗਾ ਇੱਕ ਮਿੰਟ ਸੁਣ ਤਾਂ ਲੋ ਡਟ ਲੋ ਜੋ ਭਾਰਤ ਕਹਿੰਦਾ ਕਿ ਨਿਕੜਵਾਂ ਅੰਗ ਹੈਗਾ ਤੁਸੀਂ ਉਸ ਨਿਕੜਵੇਂ ਅੰਗ ਤੇ ਸਵਾਲ ਚੁੱਕ ਰਹੇ ਹੋ ਕਿ ਪਾਕਿਸਤਾਨ ਦਾ ਮੁੱਦਾ ਹੈਗਾ ਇਹ ਦੇਖੋ ਮੈਂ ਲੋ ਮੈਨੂੰ ਇਹ ਸਵਾਲ ਦੀ ਸਮਝ ਨਹੀਂ ਆ ਰਹੀ ਤੁਹਾਡੀ ਦੇਖੋ ਜਿਹੜਾ ਕਸ਼ਮੀਰ ਆ ਇਜ਼ ਅ ਡਿਸਪਿਊਟਡ ਟੈਰੀਟਰੀ ਹਿੰਦੁਸਤਾਨ ਦਾ ਅਨਿੱਖੜਵਾਂ ਅੰਗ ਹੈ ਸੀ ਤੇ ਰਹੇਗਾ ਜਿੱਥੋਂ ਤੱਕ ਬਾਈਲੈਟਰਲ ਦੀ ਗੱਲ ਕਰਦੇ ਨੇ ਹਿੰਦੁਸਤਾਨ ਦਾ ਕੀ ਸਟੈਂਡ ਹੈਗਾ ਕਿ ਇਹ ਇੰਟਰਨੈਸ਼ਨਲ ਮੁੱਦਾ ਨਹੀਂ ਹੈਗਾ ਜੇ ਮੁੱਦਾ ਹੈਗਾ ਤਾਂ ਸਾਡਾ ਆਪਣਾ ਵਿੱਚ ਹੈਗਾ ਦੋ ਮੁਲਕਾਂ ਦਾ ਹੈਗਾ ਇਸ ਕਰਕੇ ਇੰਟਰਨੈਸ਼ਨਲ ਕਮਿਊਨਿਟੀ ਦੇ ਹੋਰ ਅਸੀਂ ਕੀ ਕਹਿ ਰਹੇ ਹਾਂ ਹਾਂ ਸੁਣੀਏ ਜੀ ਅਸੀਂ ਵੀ ਇਹੀ ਕਹਿ ਰਹੇ ਹਾਂ ਦੋ ਮੁਲਕਾਂ ਦਾ ਮੁੱਦਾ ਹੈ ਅਸੀਂ ਇਹੀ ਕਹਿ ਰਹੇ ਨੀਲ ਗਰਗ ਨਹੀਂ ਨਹੀਂ ਤੁਸੀਂ ਕੁਝ ਹੋਰ ਕਹਿ ਰਹੇ ਹੋ ਇਹੀ ਕਹਿ ਰਹੇ ਤੁਸੀਂ ਕਹਿ ਰਹੇ ਹੋ ਇੰਟਰਨੈਸ਼ਨਲ ਨਹੀਂ ਹੈਗਾ ਕਿੰਨੇ ਕੀ ਜਦੋਂ ਬਾਈਲੈਟਰਲ ਹੋ ਗਿਆ ਤਾਂ ਇੰਟਰਨੈਸ਼ਨਲ ਹੋ ਗਿਆ ਹਾਂਜੀ ਹਾਂਜੀ ਸਰ ਸਾਹਿਬ ਉਹੀ ਲੈਂਗੁਏਜ ਬੋਲ ਰਹੇ ਜੋ ਆਜ ਚੌਧਰੀ ਸਾਹਿਬ ਨੇ ਪਾਰਲੀਮੈਂਟ 'ਚ ਬੋਲੀ ਕਿ ਇਹ ਜਿਹੜਾ ਕਸ਼ਮੀਰ ਜੋ ਸਾਡਾ ਇੰਟੀਗਰਲ ਪਾਰਟ ਹੈ ਹੁਣ ਇਹ ਕਹਿੰਦੇ ਲੀਡਰ ਕਹਿੰਦੇ ਬਾਈਲੈਟਰਲ ਹੈ ਕਸ਼ਮੀਰ ਕਦੇ ਵੀ ਬਾਈਲੈਟਰਲ ਜੰਮੂ ਕਸ਼ਮੀਰ ਐਂਡ ਲੱਦਾਖ ਕਦੇ ਵੀ ਬਾਈਲੈਟਰਲ ਨਹੀਂ ਹੋਇਆ
ਉਹ ਪੀਓਕੇ ਦੇ ਗੱਲ ਹੁਣ ਟਰੰਪ ਦੀ ਗੱਲ ਕਰ ਰਹੇ ਹੋ ਉਹ ਸਾਡੇ ਹੁਣ ਤੁਹਾਡੇ ਟਰੰਪ ਦੇ ਸਾਡੇ 370 ਨੂੰ ਕੰਡਮ ਕਰੂਗਾ ਇਹ ਚੀਜ਼ਾਂ ਨਾ ਕਰੋ ਤੁਸੀਂ ਬੜੇ ਇੰਪੋਰਟੈਂਟ ਚੈਨਲ ਤੇ ਹੋ ਇਹ ਤੁਹਾਡੀ ਲੈਂਗੁਏਜ ਪਕੜ ਕੇ ਮਨਜੀਤ ਦੀ ਲੈਂਗੁਏਜ ਪਕੜ ਕੇ ਪਾਕਿਸਤਾਨੀ ਹੁਣ ਦੀਏ ਜਲਾ ਰਹੇ ਹੋਣਗੇ ਇਹ ਦੀਏ ਜਲਾ ਰਹੇ ਹੋਣਗੇ ਹਿੰਦੁਸਤਾਨ ਵਿੱਚ ਵੀ ਇੰਨੀ ਬੜੀ ਜਸ ਪੰਜਾਬੀ ਵਿੱਚ ਦੋ ਉੱਥੇ ਬੁਲਾਰੇ ਬੋਲੇ ਨੇ ਵਿਦਵਾਨ ਬੁਲਾਰੇ ਬੋਲ ਰਹੇ ਨੇ ਅਸੀਂ ਤਾਂ ਪੋਲੀਟੀਕਲ ਬੁਲਾਰੇ ਨੇ ਉਹ ਪਾਕਿਸਤਾਨ ਦੀ ਗੱਲ ਨਹੀਂ ਜੰਮੂ ਐਂਡ ਕਸ਼ਮੀਰ ਐਂਡ ਲੱਦਾਖ ਸਾਡਾ ਇੰਟੀਗਰਲ ਪਾਰਟ ਹੈ ਹੁਣ ਪਾਕਿਸਤਾਨ ਦੇ ਡਿਵੀਜ਼ਨ ਦੀ ਬਾਤ ਕਰ ਰਹੇ ਮੈਂ ਇੱਕ ਸੈਕਿੰਡ ਲਊਂਗਾ ਆਪ ਨੂੰ ਮੈਂ ਮਨਜੀਤ ਜੀ ਨੂੰ ਪੁੱਛਣਾ ਚਾਹੁੰਦਾ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਚਲੋ ਕਿੱਦਾਂ ਬਣਿਆ ਉੱਥੋਂ ਤੋਂ ਜੋ ਰਿਫਿਊਜੀ ਆਏ ਮੈਨੂੰ ਸ਼ਰਮ ਆਉਂਦੀ ਉਹਨਾਂ ਨੂੰ ਰਿਫਿਊਜੀ ਕਹਿੰਦੇ ਹਰਿਆਣਾ ਆਏ ਰਾਜਸਥਾਨ ਆਏ ਪੰਜਾਬ ਆਏ ਸਭ ਵਾਸਿੰਦੇ ਉਹਨਾਂ ਨੂੰ ਨਾਗਰਿਕਤਾ ਮਿਲ ਗਈ ਜੋ ਕਸ਼ਮੀਰ ਤੇ ਹਾਲੇ ਬੈਠੇ ਇਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ ਉਹ 370 ਹਟਾਉਣ ਦਾ ਮਤਲਬ ਉਹ ਸਹੀ ਮਤਲਬ ਸੀ ਮੇਰਾ ਇਹ ਕਹਿਣਾ ਜਿਸ ਪਾਸੇ ਨੂੰ ਇਹ ਗੱਲ ਚੱਲ ਪਈ ਹੁਣ ਅਗਲੀਆਂ ਵਾਰ ਕ੍ਰਾਈਜ਼ ਕੀ ਹੋਣੀਆਂ ਅਗਲੀਆਂ ਵਾਰ ਕ੍ਰਾਈਜ਼ ਇਹ ਹੋਣਗੀਆਂ ਕਿ ਤੁਸੀਂ ਜਿਹੜਾ ਉੱਧਰ ਪਾਕਿਸਤਾਨੀ ਪੰਜਾਬ ਆ ਪਾਕਿਸਤਾਨ 'ਚ ਰਹਿੰਦਾ ਸੌਰੀ ਪਾਕਿਸਤਾਨ 'ਚ ਕਸ਼ਮੀਰ ਜਿਹੜਾ ਆ ਉਸ ਨੂੰ ਤੁਸੀਂ ਆਪਣੇ ਕਦ ਹਮਲਾ ਕਰੋ ਲੜਾਈ ਕਰੋ ਫੌਜਾਂ ਨੂੰ ਅੱਗੇ ਲੈ ਜਾਓ ਇਹ ਅਗਲੀਆਂ ਆਰਐਸਐਸ ਦੀਆਂ ਵਾਰ ਕ੍ਰਾਈ ਚੱਲਣੀਆਂ ਔਰ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਹਾਂ ਬਿਲਕੁਲ ਬਿਲਕੁਲ ਜਦੋਂ ਤੁਸੀਂ ਹੁਣੇ ਤੁਸੀਂ ਜਦੋਂ ਕਿਸੇ ਡਾਇਲੌਗ 'ਚ ਵਿਸ਼ਵਾਸ ਹੀ ਨਹੀਂ ਤੁਹਾਡਾ ਕਿਸੇ ਕਿਸਮ ਦਾ ਲੋਕਾਂ 'ਚ ਤੁਹਾਡਾ ਲੋਕਾਂ 'ਚ ਵਿਸ਼ਵਾਸ ਹੀ ਨਹੀਂ ਤੁਹਾਡਾ ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਤੁਹਾਡਾ ਤੇ ਜੀਓਗ੍ਰਾਫੀਕਲ ਏਰੀਆ 'ਚ ਵਿਸ਼ਵਾਸ ਹੈ ਇੱਕ ਸਵਾਲ ਦਾ ਜਵਾਬ ਦੇ ਦਿਓ ਮੈਨੂੰ ਸੰਗੀ ਢਾਂਚੇ ਤੇ ਅਸਰ ਹੋ ਰਿਹਾ ਪ੍ਰਸਮਜੀਤ ਸਿੰਘ ਜਾਂ ਸਰਹੱਦਾਂ ਤੇ ਅਸਰ ਹੋ ਰਿਹਾ ਸੰਗੀ ਢਾਂਚੇ ਤੇ ਵੀ ਅਸਰ ਹੋ ਰਿਹਾ ਤੇ ਸਰਹੱਦਾਂ ਤੇ ਵੀ ਅਸਰ ਹੋਊਗਾ ਔਰ ਸਾਡੇ ਰਿਲੇਸ਼ਨ ਜਿਹੜੇ ਥੋੜੇ ਬਹੁਤ ਸਾਡੇ ਪਿੱਛੇ ਜੇ ਪਾਕਿਸਤਾਨ ਨਾਲ ਚੰਗੇ ਹੋਏ ਸੀ ਉਸ ਨੂੰ ਕਿਵੇਂ ਦੁਬਾਰਾ ਪਹਿਲੇ ਨਾਲੋਂ ਵੀ ਬੁਰੇ ਤਰੀਕੇ ਨਾਲ ਕਰਨੇ ਆ ਉਧਰ ਦੀਆਂ ਤਿਆਰੀਆਂ ਜੇ ਪਾਕਿਸਤਾਨ ਅਮਰੀਕਾ ਨਾਲ ਮੀਟਿੰਗਾਂ ਕਰਦਾ ਹੈਗਾ ਤੇ ਇੰਡੀਆ ਕੋਈ ਫੈਸਲਾ ਨਾ ਕਰੇ ਤੁਸੀਂ ਦੇਖੋਗੇ ਉਹ ਸਵਾਲ ਵੀ ਹੈਗਾ ਨਹੀਂ ਮੋਦੀ ਜੀ ਟਰੰਪ ਨਾਲ ਨਹੀਂ ਝੂਟੇ ਲੈਂਦੇ ਮੋਦੀ ਜੀ ਟਰੰਪ ਨਾਲ ਨਹੀਂ ਝੂਟੇ ਨਹੀਂ ਜੇ ਅਮਰੀਕਾ ਵਾਰ-ਵਾਰ ਕਵੇ ਕਿ ਅਸੀਂ ਇੰਟਰਵਿਊ ਕਰ ਸਕਦੇ ਹਾਂ ਮੀਡੀਏਟਰ ਦੇ ਭੂਮਿਕਾ ਨਿਭਾ ਕੇ ਸਿੰਘ ਜੀ ਕੌਣ ਕਿਹਦੇ ਕੋਲ ਜਾਂਦਾ ਹੈ ਇਹਦੇ ਚ ਕੀ ਫਰਕ ਪੈਂਦਾ ਹਾਂ ਆਪਾਂ ਨੇ ਬਾਅਦ ਚ ਬਿਆਨ ਬਦਲਿਆ ਵੀ ਆ ਟਰੰਪ ਸਾਹਿਬ ਨੇ ਬਿਆਨ ਬਦਲਿਆ ਨਹੀਂ ਬਦਲਿਆ ਦੁਬਾਰਾ ਰਿਪੀਟ ਕੀਤਾ ਹੋਏਗਾ ਨਹੀਂ ਮੋਦੀ ਸਾਹਿਬ ਸੱਚੇ ਆ ਕਿ ਟਰੰਪ ਸਾਹਿਬ ਸੱਚੇ ਆ ਇਹ ਤਾਂ ਹੁਣ ਦੋਨਾਂ 'ਚ ਗੱਲ ਹੋਈ ਹੈ ਇਹ ਤਾਂ ਉਹੀ ਦੱਸਣ ਕੌਣ ਸੱਚਾ ਕੌਣ ਝੂਠਾ ਮੋਦੀ ਜੀ ਨੇ ਆ ਕੇ ਕਿਉਂ ਨਹੀਂ ਸਟੇਟਮੈਂਟ ਦਿੱਤੀ ਪਾਰਲੀਮੈਂਟ 'ਚ ਕਿਉਂ ਨਹੀਂ ਆ ਕੇ ਕਿਹਾ ਕਿ ਗਲਤ ਕਹਿ ਰਿਹਾ ਟਰੰਪ ਗਲਤ ਕਹਿ ਰਿਹਾ ਬਿਲਕੁਲ ਨਹੀਂ ਕਿਹਾ ਮੋਦੀ ਜੀ ਨੇ ਇੱਕ ਵਾਰੀ ਨਹੀਂ ਕਿਹਾ ਖੂਨ ਜਾ ਕੇ ਉਹ ਕਿੱਥੇ ਗਏ ਤੁਸੀਂ ਜੈ ਸ਼ੰਕਰ ਨੂੰ ਅੱਗੇ ਲਾਤਾ ਬੋਲ ਰਹੇ ਹੋ ਜੈ ਸ਼ੰਕਰ ਨੂੰ ਅੱਗੇ ਲਾਤਾ ਵੀ ਬਿਆਨ ਦੇ ਦੇ ਅਸੀਂ ਸੰਗੀ ਢਾਂਚੇ ਦੀ ਗੱਲ ਕੀਤੀ ਸੀ ਮੋਦੀ ਜੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਪਣੇ ਆਪਣੇ ਸਟੈਂਡ ਹੈਗੇ ਆ ਤੇ ਸਟੈਂਡ ਦੇ ਪਿੱਛੇ ਕੋਈ ਮਜਬੂਰੀ ਵੀ ਹੋ ਸਕਦੀ ਹੈ ਕੋਈ ਸਿਆਸੀ ਮਜਬੂਰੀ ਵੀ ਹੋ ਸਕਦੀ ਹੈ ਕੋਈ ਨਿੱਜੀ ਮਜਬੂਰੀ ਵੀ ਹੋ ਸਕਦੀ ਹੈ ਉਹ ਸਭ ਨੂੰ ਪਾਸੇ ਰੱਖ ਕੇ ਸਵਾਲ ਅਸੀਂ ਇੱਕ ਪੁੱਛਿਆ ਸੀਗਾ ਘਾਟੀ ਤੇ ਕੇਂਦਰ ਦਾ ਫੈਸਲਾ ਹੋਇਆ ਸੰਘੀ ਢਾਂਚੇ 'ਤੇ ਅਸਰ ਕੀ ਹੋਵੇਗਾ ਇਹ ਡਿਬੇਟ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਅਸਰ ਕਿੱਥੇ ਕਿੱਥੇ ਪੈਣ ਵਾਲਾ ਹੈਗਾ ਕਸ਼ਮੀਰ ਆ ਜਿਹੜਾ ਜੰਮੂ ਕਸ਼ਮੀਰ ਆ ਉਹ ਮੁੱਖ ਧਾਰਾ ਵਿੱਚ ਕਿਵੇਂ ਸ਼ਾਮਲ ਹੋਏਗਾ ਵਿਕਾਸ ਦੀਆਂ ਨਦੀਆਂ ਉੱਥੇ ਕਿਵੇਂ ਬਹਿਣ ਕੀਆਂ ਸਰਹੱਦਾਂ 'ਤੇ ਜਿਹੜੀ ਟੈਨਸ਼ਨ ਆ ਕਿਵੇਂ ਮੁੱਕੇ ਕੀ ਅੱਤਵਾਦ ਆ ਜਿਹੜਾ ਦਹਿਸ਼ਤਗਰਦੀ ਉਹ ਜਦੋਂ ਖਤਮ ਹੋ ਜਾਵੇਗੀ ਇਹੋ ਜਿਹੇ ਕਈ ਸਵਾਲ ਹੈਗੇ ਆ ਇਹੋ ਜਿਹੇ ਦਾਅਵੇ ਪਹਿਲਾਂ ਵੀ ਹੋਏ ਸੀਗੇ ਉਹਨਾਂ ਦਾਅਵਿਆਂ ਦੇ ਵਿਚਾਲੇ ਭੁਇਖ ਵਿੱਚ ਕੀ ਹੁੰਦਾ ਉਸ 'ਤੇ ਸਾਡੀ ਨਜ਼ਰ ਰਹੇਗੀ ਨੋਟਬੰਦੀ ਤੋਂ ਬਾਅਦ ਵੀ ਕਿਹਾ ਗਿਆ ਸੀਗਾ ਉੱਥੇ ਅੱਤਵਾਦ ਜਦੋਂ ਖਤਮ ਹੋ ਜਾਵੇਗਾ ਇਸ ਤੋਂ ਬਾਅਦ ਵੀ ਕਈ ਫੈਸਲੇ ਹੋਏ ਆ ਪਰ ਉਹਨਾਂ ਫੈਸਲੇ ਦੇ ਵਿਚਾਲੇ ਕੀ ਇਹ ਮੋਦੀ ਸਰਕਾਰ ਦਾ ਉਹ ਫੈਸਲਾ ਹੈਗਾ ਜਿਸ 'ਤੇ ਸਾਨੂੰ ਅਤੇ ਤੁਹਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਦੇਸ਼ ਇੱਕਜੁੱਟ ਰਹੇਗਾ ਇਸ ਵਿੱਚ ਇਹਦੀ ਅਖੰਡਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਾਨੂੰ ਉਸ ਦੀ ਉਮੀਦ ਕਰਨੀ ਚਾਹੀਦੀ ਹੈ ਜੇ ਅਸੀਂ ਇਕੱਠੇ ਰਵਾਂਗੇ ਤਾਂ ਹੀ ਦੇਸ਼ ਆ ਜਿਹੜਾ ਇੱਕ ਰਹਿ ਸਕਦਾ ਹੈਗਾ ਕਾਨੂੰਨ ਨੂੰ ਕਿਸੇ ਨੇ ਆਪਣੇ ਹੱਥ ਵਿੱਚ ਨਹੀਂ ਰਹਿਣਾ ਗਾ ਇਹਨਾਂ ਫੈਸਲਿਆਂ 'ਤੇ ਡਿਬੇਟ ਹੁੰਦੀ ਰਹੇਗੀ ਜੋ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਸ ਤਰੀਕੇ ਨਾਲ ਹੋਣਗੇ ਉਸ ਦਾ ਪੂਰੇ ਮੁਲਕ ਵਿੱਚ ਅਸਰ ਹੋਵੇਗਾ ਪਰ ਸਵਾਲ ਇਹ ਹੈਗਾ ਜਿਹੜਾ ਅਸਰ ਇੱਥੇ ਪਹਿਲਾਂ ਪੈ ਚੁੱਕਿਆ ਸਾਡੀ ਬੇਰੁਜ਼ਗਾਰ ਜਵਾਨੀ ਭਟਕਦੀ ਪਈ ਹੈਗੀ ਆ ਭੁੱਖਮਰੀ ਲਾਚਾਰੀ ਗਰੀਬੀ ਉਸ ਦੇ ਮੁੱਦੇ ਆ ਜਿਹੜੇ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਰਹਿ ਜਾਣਗੇ ਉਹਨਾਂ ਮੁੱਦਿਆਂ ਦਾ ਜ਼ਿਕਰ ਆ ਜਿਹੜਾ ਸਿਰਫ ਕਸ਼ਮੀਰ ਤੱਕ ਤਾਂ ਨਹੀਂ ਰਹਿ ਜਾਵੇਗਾ ਉਹਨਾਂ ਮੁੱਦਿਆਂ ਦਾ ਜ਼ਿਕਰ ਕੌਣ ਕਰੇਗਾ ਇਹ ਸਵਾਲ ਵੀ ਸਾਡੀ ਤੁਹਾਡੀ ਕਚਹਿਰੀ ਵਿੱਚ ਪਿਆ ਹੋਇਆ ਪਰ ਉਹਨਾਂ ਮੁੱਦਿਆਂ ਨੂੰ ਅਸੀਂ ਜ਼ਰੂਰ ਚੱਕਾਂਗੇ ਜਿਹੜੇ ਮੁੱਦਿਆਂ ਨਾਲ ਤੁਹਾਡਾ ਸਿੱਧਾ ਅਤੇ ਸਾਡਾ ਸਿੱਧਾ ਕੰਸਰਨ ਹੈਗਾ ਬਹੁਤ ਧੰਨਵਾਦ